ਮਨੁੱਖ ਨੂੰ ਐ ਵੀ ਨਹੀਂ ਹੋਣਾ ਚਾਹੀਦਾ। ਇਹ ਸ਼ੰਕਾ ਮਨ ਦੇ ਵਿੱਚ ਉੱਠਿਆ ਹੀ ਹੈ ਤੇ ਤੁਰਦੇ ਤੁਰਦੇ ਪਿੱਛੇ ਭਜਾ ਕੇ ਤੇ ਪਿੱਛੇ ਇੱਕ ਸਰਮਈ ਰੰਗ ਦਾ ਚੋਲਾ ਪਾਈ ਸਿੰਘ ਆ ਗਿਆ। ਉਹਦੇ ਕਹਿ ਮੈਂ ਹੌਲੀ ਤੁਰ ਜਾਂਦਾ ਮੇਰੇ ਨਾਲ ਆ ਜੀ। ਥੋੜ੍ਹਾ ਜਿਹਾ ਦਸ ਕਦਮ ਅੱਗੇ ਤੁਰਿਆ ਜਾਂ ਪਿੱਛੇ ਮੁੜ ਕੇ ਫੇਰ ਦੇਖਿਆ ਤਾਂ ਉਹਦਾ ਨੀਲੇ ਰੰਗ ਦਾ ਚੋਲਾ ਹੋ ਗਿਆ, ਉਦੋਂ ਘਰ ਵੱਡਾ ਹੋ ਗਿਆ। ਥੋੜ੍ਹਾ ਜਿਹਾ ਹੈਰਾਨੀ ਮਨ ਦੇ ਵਿੱਚ ਹੁੰਦੀ ਹੈ ਕੀ ਵਾਪਰਦਾ। ਜਦੋਂ ਦਸ ਕਦਮ ਹੋਰ ਅੱਗੇ ਤੁਰਿਆ ਤਾਂ ਉਹਦਾ ਚੋਲਾ ਹੋਰ ਬਦਲ ਗਿਆ ਤੇ ਕੱਦ ਉਹਦਾ ਦਿਲ ਵੀ ਵੱਡਾ ਹੋ ਗਿਆ। ਉਹਨੇ ਕਿਹਾ ਖੜ ਕੇ ਦੇਖਦੇ ਰਹੀ ਕੀ ਕਹੂੰਗਾ। ਜਦੋਂ ਆਇਆ ਅੱਗੇ ਆਇਆ ਫਤਿਹ ਵਧਾਈ ਸਿੰਘ ਨੇ ਫਤਿਹ ਵਧਾਈ, ਪੁੱਛਿਆ ਤੁਸੀਂ ਕੌਣ ਹੋ? ਕਹਿੰਦੇ ਸਾਨੂੰ ਦਰਸ਼ਨ ਦੇਣ ਦਾ ਵੀ ਹੁਕਮ ਨਹੀਂ ਨਾ ਬੋਲਣ ਦਾ ਹੁਕਮ ਹੈ। ਤੂੰ ਕਿਉਂਕਿ ਅਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਪਰਿਵਾਰ 'ਤੇ ਬਖਸ਼ਿਸ਼ ਕੀਤੀ ਹੈ, ਗੁਰੂ ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਉਸ ਬਖਸ਼ਿਸ਼ ਦਾ ਸਦਕਾ ਤੈਨੂੰ ਦਰਸ਼ਨ ਹੋ ਰਹੇ ਨੇ, ਉਸ ਬਖਸ਼ਿਸ਼ ਦਾ ਸਦਕਾ ਤੇਰੇ ਨਾਲ ਦਰਸ਼ਨ ਹੋ ਰਹੇ ਨੇ ਅਤੇ ਤੇਰਾ ਸ਼ੰਕਾ ਦੂਰ ਕਰਨ ਖਾਤਰ ਸਾਨੂੰ ਭੇਜਿਆ। ਕਹਿੰਦਾ ਮਹਾਰਾਜ ਕਿਰਪਾ ਕਰੋ। ਕਹਿੰਦੇ ਤੇਰੇ ਮਨ 'ਚ ਸ਼ੰਕਾ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੱਚੇ ਆਪਣੇ ਕਿਉਂ ਨਹੀਂ ਬਚਾਏ? ਕਹਿੰਦੇ ਤੈਨੂੰ ਪਤਾ ਵੀ ਉਹਦੀ ਉਹਦੇ ਉਹਦਾ ਬਲ ਕਿੰਨਾ ਹੈ? ਤੌਰ ਭਾਰ ਹੋ ਗਿਆ ਭਾਈ ਭਾਈ ਸਿੰਘ। ਕਹਿੰਦੇ ਉਹਦੀ ਤਾਂ ਗੱਲ ਛੱਡ, ਤੈਨੂੰ ਮੈਂ ਆਪਣਾ ਤੱਕ ਮੇਰੀ ਤੈਨੂੰ ਅਸੀਂ ਆਪਣੀ ਤਾਕਤ ਦਿਖਾਈ ਸ਼ਹੀਦਾਂ ਸਿੰਘਾਂ ਦੀ। ਕਹਿੰਦੇ ਜੀ ਦਿਖਾਓ। ਉੱਥੇ ਖੜਾ ਖੜਾ ਭਾਈ ਪਰ ਜਿਹੜਾ ਭਾਈ ਪਰਮ ਸਿੰਘ ਸੀ ਉਹਨੇ ਸ਼ਹੀਦ ਨੂੰ ਦੇਖਿਆ, ਉਹਦੇ ਪੈਰ ਧਰਤੀ 'ਤੇ ਲੱਗੇ, ਉਹਦੇ ਸੀਸ ਜਾ ਕੇ ਆਕਾਸ਼ ਨੂੰ ਲੱਗ ਗਏ, ਬਾਹਾਂ ਦੋਹਾਂ ਦੇਸ਼ਾਂ ਦੇ ਵਿੱਚ ਪੈ ਰਹੀ ਅਤੇ ਉਹਦੇ ਤਾਂ ਤੋਹਦੇ ਉੱਡ ਗਏ ਵੀ ਮੈਂ ਸ਼ੰਕਾ ਕਿਉਂ ਕਰ ਬੈਠਾ ਇੱਡੇ ਵੱਡੇ ਗੁਰੂ 'ਤੇ? ਕਹਿੰਦੇ ਮੈਂ ਇਕੱਲਾ ਨਹੀਂ, ਮੇਰੇ ਨਾਲ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਗੁਰੂ ਬਾਜਾਂ ਵਾਲੇ ਦੇ ਦੁਆਲੇ ਪੁੱਤਰਾਂ ਦੇ ਦਾਨੀ ਦੇ ਦੁਆਲੇ ਸਾਡਾ ਪਹਿਰਾ ਲੱਗਿਆ ਹੋਇਆ, ਹਜ਼ਾਰਾਂ ਦੀ ਗਿਣਤੀ, ਉਹਦੀ ਵਾਹ ਵੱਲ ਨਹੀਂ ਕੋਈ ਚਾਹ ਸਕਦਾ। ਜੇ ਉਹ ਚਾਹੇ ਧਰਤੀ ਨੂੰ ਇੱਕ ਸਕਿੰਟ 'ਚ ਪੜ ਸਕਦਾ, ਧਰਤੀ ਨੂੰ ਪੜ ਸਕਦਾ। ਕਹਿੰਦੇ ਔਰੰਗਜ਼ੇਬ ਤਾਂ ਹੈ ਹੀ ਕੁਛ ਨਹੀਂ, ਪਰ ਉਹ ਭਾਣੇ ਦੇ ਵਿੱਚ ਰਹਿ ਰਹੇ ਨੇ, ਉਹ ਭਾਣੇ ਦੇ ਵਿੱਚ ਰਹਿ ਰਹੇ ਨੇ ਤਾਂ ਕਿ ਇਹ ਦੁਨੀਆ ਹੈ ਜਿਹੜੀ ਦੁਨੀਆਂ ਨੂੰ ਸਭ ਦੁਨੀਆਂ ਨੂੰ ਉਪਦੇਸ਼ ਦਰੜਾ ਸਕੇ। ਬਈ ਸਰੀਰ ਦੇ ਵਿੱਚ ਰਹਿ ਕੇ ਜ਼ੁਲਮ ਦਾ ਨਾਸ਼ ਕਿਵੇਂ ਕਰਨਾ? ਸਿੱਖਾਂ ਦੇ ਅੰਦਰ ਬਲ ਭਰਨ ਦੇ ਲਈ ਉਹ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਹਨਾਂ ਮਨ ਦੇ ਵਿੱਚ ਸੋਚੀ ਵੀ ਉਹਨਾਂ ਨੇ ਪਰਿਵਾਰ ਨਾਲ ਆਪਣਾ ਪਰਿਵਾਰ ਸਾਰਾ ਸ਼ਹੀਦ ਕਰਾ ਲਿਆ, ਉਹਨਾਂ 'ਚ ਬਲ ਨਹੀਂ ਸੀ। ਦੋਵੇਂ ਕੰਨਾਂ ਨੂੰ ਹੱਥ ਲਾ ਕੇ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਤੇ ਸ਼ਹੀਦ ਹਨ। ਇੱਕ ਗੁੰਡੀ ਘਟਨਾ ਮੈਂ ਕਿਸੇ ਸਿੰਘ ਤੋਂ ਸੁਣੀ ਹੈ। ਫਤਿਹਗੜ੍ਹ ਸਾਹਿਬ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਦੀ ਕਥਾ ਕਰ ਰਹੇ, ਕਥਾ ਕਰਦੇ ਜਿਹੜਾ ਡਰਾਈਵਰ ਸੀ ਉਹਨਾਂ ਦਾ, ਉਹਨੂੰ ਕਹਿਣ ਲੱਗੇ ਵੀ ਕਥਾ ਤੋਂ ਬਾਅਦ ਮੈਂ ਤੇਰੇ ਕੋਲ ਜਦੇ ਆ ਜਾਣਾ, ਤੈਂ ਉਹ ਸਿਰਫ ਜੀਪ ਸਟਾਰਟ ਕਰਕੇ ਕਿਸੇ ਨੂੰ ਦੇਖਣਾ, ਪੁੱਛਣਾ ਨਹੀਂ ਕਿਸੇ ਨੂੰ, ਮੇਰੇ ਨਾਲ ਤੁਰ ਪੈਣ। ਕਹਿੰਦਾ ਜੀ ਸੰਤ ਅਤੇ ਉਹ ਜੀਪ ਸਟਾਰਟ ਕਰਕੇ ਸੰਤ ਉੱਥੋਂ ਤੁਰੇ। ਸੰਗਰਾਲੇ ਦੇ ਵਿੱਚ ਹੀ ਹੁੰਦੇ ਕਿਸੇ ਪਿੰਡ ਦੇ ਵਿੱਚ ਕੋਈ ਸਿੰਘ ਸੀ ਉਹਦੇ ਕੋਲ ਮਿਲ ਜਾਣਾ। ਜਦੋਂ ਨੀਲੋਂ ਦੇ ਕੋਲ ਆਏ ਨਾ ਤਾਂ ਉਹ ਸਿੰਘ ਥਰ ਥਰ ਕੰਬੇ ਡਰਾਈਵਰ ਸੀ ਜਿਹੜਾ ਸਾਧਨ ਗਿਆ ਗੱਡੀ ਕਢਾ ਆ ਨਲਕੇ ਦੇ ਆਪਾਂ ਪਾਣੀ ਪੀਂਦਾ, ਨੀਲੋਂ ਨਲਕੇ ਦਾ ਪਾਣੀ ਬਹੁਤ ਠੰਡਾ, ਨਹਿਰ ਦੇ ਕੱਢਿਆ ਇੱਕ ਡਾਕਟਰ ਨੇ ਉੱਥੇ ਬਹੁਤ ਬਹੁਤ ਠੰਡਾ ਪਾਣੀ ਹੈ, ਲੋਕ ਖੜ ਖੜ ਕੇ ਪਾਣੀ ਪੀਂਦੇ ਨੇ ਅਤੇ ਉਹ ਕਹਿੰਦੇ ਵੀ ਡਰਦਾ ਕਹਿੰਦੇ। ਕਹਿੰਦਾ ਮੈਂ ਮਹਾਰਾਜ ਡਰਦਾ ਬਈ ਸਰਕਾਰ ਤੁਹਾਡੇ ਮਗਰ ਪਈ ਹੋਈ ਹੈ, ਜੇ ਫੌਜ ਤੁਹਾਡੇ ਮਗਰ ਲੱਗੀ, ਪੁਲਿਸ ਤੁਹਾਡੇ ਮਗਰ ਲੱਗੀ, ਇਸ ਵਕਤ ਮੈਂ ਗੱਲਾਂ ਮੇਰੇ ਕੋਲ ਡਰ ਹੈ ਅਤੇ ਮੈਂ ਕਿੱਧਰ ਹੋਊਂਗਾ? ਜੇ ਇੱਥੇ ਘੇਰ ਲਵੇ ਜਨਮ ਦੇ ਘੇਰ ਲੈਣ ਤਾਂ ਕਿੱਧਰ ਜਾਊਂਗਾ? ਕਹਿੰਦੇ ਬਸ ਅੱਜ ਕੱਲ੍ਹ ਤਾਂ ਕਰਦਾ। ਕਹਿੰਦਾ ਹਾਂਜੀ। ਕਹਿੰਦਾ ਪ੍ਰਾਣ ਖੁਸ਼ ਹੋਏ ਪਏ,
ਕਹਿੰਦਾ ਬਹਿ ਜਾ ਕੇ ਪਾਣੀ ਪੀ, ਪਾਣੀ ਪੀ, ਪੀਣ ਲੱਗਿਆ ਕਹਿੰਦਾ ਦੇਖ ਉਹ ਤੈਨੂੰ ਝਾਕੇ ਦਾ, ਦੇਖਿਆ ਝਾਕ ਕੇ ਸੱਤ ਅੱਠ ਫੁੱਟ ਦਾ ਜਵਾਨ ਹੈ ਜਿਹੜਾ ਉਹ ਆਲਾ ਖੜੇ ਦਿੱਤੋ, ਕਹਿੰਦੇ ਤੈਨੂੰ ਨੇ ਦੇਖਦਾ ਹੋਰ ਕਿਸੇ ਨੂੰ ਨਹੀਂ ਦਿੰਦੇ, ਕਹਿੰਦੇ ਇਹ ਸਾਡੇ ਹਰ ਵਕਤ ਪਹਿਲੇ ਤਾਂ ਦਿੰਦੇ ਸੀ, ਸਾਡਾ ਫਿਕਰ ਛੱਡ ਦੇ, ਕਹਿੰਦੇ ਤੂੰ ਆਪਣਾ ਫਿਕਰ ਕਰ, ਸਾਡੀ ਰਾਖੀ ਖਾਤਰ ਸਾਡੀ ਰਾਖੀ ਅਰਦਾਸ ਕਰੂਗਾ। ਤੋ ਸਾਧ ਸੰਗਤ ਇਹ ਸ਼ਹੀਦ ਹੁੰਦੇ ਨੇ ਜਿਹਨਾਂ ਦੇ ਚੁੱਪ ਵਿੱਚ ਸ਼ਰਧਾ ਹੈ ਨਾ, ਜਿਹਨਾਂ ਦੇ ਚੁੱਪ ਵਿੱਚ ਉਹ ਤਿਆਰ ਹੈ ਗੁਰੂ ਬਾਜਾ ਬਾਰੇ ਹਰ ਕਰ, ਗੁਰੂ ਗ੍ਰੰਥ ਸਾਹਿਬ ਦਾ ਹਰ ਇਹ ਕਰਾਮਾਤਾਂ ਇਹ ਸੁੱਖ ਨਹੀਂ ਹੁੰਦੇ। ਜਿਹੜਾ ਬੰਦਾ ਬੰਦਗੀ ਕਰਦਾ ਹੈ ਉਹ ਇਵੇਂ ਹੈ ਜਿਵੇਂ ਸੂਰਜ ਚੜ੍ਹੇ ਸੂਰਜ ਵੱਲ ਮੂੰਹ ਕਰ ਲਵੇ, ਸੂਰਜ ਵੱਲ ਮੂੰਹ ਕਰਨ ਨਾਲ ਉਹਨੂੰ ਚਾਨਣਾ ਵੀ ਮਿਲੂਗਾ, ਉਹਨੂੰ ਨਿੱਘ ਵੀ ਮਿਲੂਗਾ, ਉਹਦੇ ਪਿੱਛੇ ਉਹਦਾ ਪਰਛਾਵਾਂ ਤੁਰਿਆ ਹੋਊਗਾ। ਜਿਹੜਾ ਭਲੇ ਬੰਦਗੀ ਕਰਨ ਲੱਗ ਗਿਆ, ਬੰਦਗੀ ਦੇ ਵਿੱਚ ਹੀ ਉਹਦਾ ਨਾਮ ਹੈ, ਬੰਦਗੀ ਦੇ ਵਿੱਚ ਹੀ ਉਹਦੀਆਂ ਤਾਕਤਾਂ ਹਨ, ਬੰਦਗੀ ਦੇ ਵਿੱਚ ਉਹਦੀਆਂ ਸ਼ਕਤੀਆਂ ਹਨ। ਜੇ ਸੱਚੇ ਦਿਲ ਸ਼ੌਕ ਨਾਲ ਲੱਗਿਆ ਹੋਇਆ ਨਾ ਕੋਈ, ਇਹ ਸਾਰੀਆਂ ਤਾਕਤਾਂ ਮਗਰ ਮਗਰ ਉਹਦੇ ਫਿਰਨਗੀਆਂ, ਉਹਦੇ ਕੰਮ ਸਵਾਰ ਦੀਆਂ। ਗੱਲ ਸ਼ਰਧਾ ਅਰ ਪਿਆਰ ਦੀ, ਸਾਧ ਸੰਗਤ ਉਪਜਿਆ ਵਿਸ਼ਵਾਸ, ਇਹ ਵਿਸ਼ਵਾਸ ਹੈ ਜਿਹੜਾ ਪਿਆਰ ਹੈ ਇਹ ਬਾਜ਼ਾਰ ਚੋਂ ਨਹੀਂ ਕਿਤੋਂ ਮਿਲਣਾ, ਨਾ ਤੁਹਾਨੂੰ ਕਿਤਾਬਾਂ ਪੜ੍ਹ ਕੇ ਮਿਲਣਾ, ਇਹ ਵਿਸ਼ਵਾਸ ਗੁਰੂ ਦੀ ਸੰਗਤ ਵਿੱਚ ਆ ਕੇ ਪੂਰਨ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਵਿਸ਼ਵਾਸ ਪੈਦਾ ਹੋ, ਕਿਤੋਂ ਨਹੀਂ ਇਹ ਚੀਜ਼ ਮਿਲਦੀ। ਸੋ ਇਹ ਸ਼ਹੀਦਾਂ ਦਾ ਇਤਿਹਾਸ ਸੁਣਨ ਨਾਲ, ਸ਼ਹੀਦਾਂ ਦੀਆਂ ਕਥਾ ਸੁਣਨ ਦੇ ਨਾਲ ਇਹ ਸ਼ਰਧਾ ਵਿਸ਼ਵਾਸ ਮਨ ਦੇ ਵਿੱਚ ਪੈਦਾ ਹੁੰਦਾ ਹੈ, ਅਤੇ ਉਹ ਨਾਮ ਜਪਣ ਦਾ ਸ਼ੌਕ ਮਨ ਦੇ ਵਿੱਚ ਪੈਦਾ ਹੁੰਦਾ। ਜਿਹਦੇ ਮਨ ਦੇ ਵਿੱਚ ਇਹ ਚੀਜ਼ ਪੈਦਾ ਹੋ ਜਾਵੇ ਤਾਂ ਸੰਗਤ ਉਹਦੇ ਕੋਲ ਸਾਰਾ ਕੁਛ ਆ। ਸੋ ਆਓ ਆਪਾਂ ਨੌਵੇਂ ਪਾਤਸ਼ਾਹ ਦਾ ਇਤਿਹਾਸ ਉਹ ਯਾਦ ਕਰ ਰਹੇ ਹਾਂ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸਾਨੂੰ ਸੱਚ ਦੇ ਉੱਤੇ ਡਟ ਕੇ ਪਹਿਰਾ ਦਿੰਦੇ, ਸ਼ਹਾਦਤ ਹੈ ਜਿਹੜੀ ਉਹ ਪ੍ਰਾਪਤ ਕਰ ਲਈ ਹੈ, ਆਪਣਾ ਸਰੀਰ ਹੈ ਜਿਹੜਾ ਉਹ ਔਰੰਗਜ਼ੇਬ ਦੇ ਮੱਥੇ ਮਾਰ ਗਏ ਹਨ, ਅਤੇ ਔਰੰਗਜ਼ੇਬ ਦੇ ਮੁਲਾਣਿਆਂ ਨੂੰ, ਕਾਜ਼ੀਆਂ ਨੂੰ ਜਿਹੜੇ ਕਹਿੰਦੇ ਸੀ ਧਰਮ ਬਦਲਵੋ, ਉਹਨਾਂ ਨੂੰ ਸਤਿਗੁਰ ਕਹਿਣ ਲੱਗੇ ਵੀ ਤੁਸੀਂ ਹਾਦੀਆਂ ਨੂੰ ਦਾ ਵਪਾਰ ਕਰਨ ਵਾਲੇ ਫਕੀਰਾਂ ਦੀ ਨਾਮ ਜ਼ਰੂਰ ਕੀ ਆ, ਤੁਹਾਨੂੰ ਕੀ ਪਤਾ ਫਕੀਰ ਕਿਹੜੀ ਮੰਜ਼ਿਲ ਦੇ ਵਿੱਚ ਵੱਸਦੇ ਆ, ਤੁਸੀਂ ਸਮਝਦੇ ਹੋ ਵੀ ਸਰੀਰ ਦੇ ਵਿੱਚ ਵੱਸਦੇ ਨੇ, ਸਰੀਰ ਤੋਂ ਫਕੀਰ ਉੱਤੇ ਵੱਸਦਾ ਹੁੰਦਾ, ਸਰੀਰਾਂ 'ਚ ਨਹੀਂ ਫਕੀਰ ਰਹਿੰਦੇ, ਉਹਨਾਂ ਦੀ ਰੂਹ ਆਤਮਾ ਦੇ ਵਿੱਚ ਹੁੰਦੀ ਆ, ਉਹ ਜਿੰਦਾ ਸ਼ਹੀਦ ਤੁਰੇ ਫਿਰਦੇ ਸ਼ਹੀਦ ਹੁੰਦੇ, ਉਹ ਨਹੀਂ ਡਰਦੇ ਕਿਸੇ ਤੋਂ। ਸੋ ਸਤਿਗੁਰੂ ਸ਼ਹੀਦ ਦੀ ਜਾਨ ਦੇਈਏ, ਅਤੇ ਔਰੰਗਜ਼ੇਬ ਨੇ ਬੜਾ ਜ਼ੋਰ ਲਾਇਆ ਵੀ ਉਹਨਾਂ ਦਾ ਧੜ ਔਰ ਸਰੀਰ ਹੈ ਜਿਹੜਾ ਸਿਰ ਹੈ ਉਹ ਰੋਲ ਦਿੱਤਾ ਜਾਵੇ, ਪਰ ਜਿਹੋ ਜਿਹੇ ਸਤਿਗੁਰੂ ਸਨ ਉਹੋ ਜਿਹਾ ਉਹਨਾਂ ਦਾ ਇਹ ਕਿਰਿਆ ਕਰਮ ਹੋਇਆ, ਸੰਸਕਾਰ ਹੋਇਆ। ਜਿਹੜਾ ਸੀਸ ਸੀ ਉਸ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਭਾਈ ਜੈਟਾ ਜੀ ਲੈ ਗਏ, ਜਿਹੜੇ ਭਾਈ ਜੀਤੂ ਸਿੰਘ ਬਾਅਦ ਦੇ ਵਿੱਚ ਬਣੇ, ਅਤੇ ਧੜ ਦਾ ਜਿਹੜਾ ਸੰਸਕਾਰ ਹੈ ਉਹ ਦਿੱਲੀ ਦੇ ਵਿੱਚ ਰਾਇਸੀਨਾ ਪਿੰਡ ਦੇ ਵਿੱਚ ਭਾਈ ਲੱਕੀ ਸ਼ਾਹ ਪੰਜਾਬ ਦੇ। ਅਤੇ ਹੁਣ ਉਦੋਂ ਬਾਅਦ ਜਿਹੜੀ ਸ਼ਹੀਦੀ ਹੈ ਸੰਸਕਾਰ ਦੀ ਗੱਲ ਬਾਅਦ ਦੇ ਵਿੱਚ ਆਵੇਗੀ, ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਸੰਸਕਾਰ ਹੋਇਆ ਉਹ ਸਤਿਗੁਰੂ ਦੇ ਸੀਸ ਦਾ ਹੋਇਆ, ਦਿੱਲੀ ਦੇ ਵਿੱਚ ਰਕਾਬਤਾ ਗੁਰਦੁਆਰਾ ਉਹ ਬਣ ਗਿਆ। ਅਤੇ ਜਿਹੜੇ ਸਿੱਖ ਸ਼ਹੀਦ ਹੋਏ, ਜਦੋਂ ਪਹਿਲਾ ਸਿੱਖ ਭਾਈ ਮਤੀਦਾਸ ਸ਼ਹੀਦ ਹੋਇਆ, ਆਰੇ ਨਾਲ ਚੀਰਿਆ ਗਿਆ, ਤਾਂ ਉਹਨੇ ਸ਼ਹੀਦ ਹੋਣ ਲੱਗੇ ਨੇ ਬਚਨ ਕਹੇ ਸਨ ਕਿ ਤੂੰ ਆਪਣੀ ਵੰਸ਼ ਚੀਰ ਲਈ ਹੈ, ਤੂੰ ਆਪਣਾ ਰਾਜ ਜੀਰ ਲਿਆ, ਰਾਜ ਦੁਹਾੜ ਹੋ ਗਿਆ ਤੇਰਾ, ਅਤੇ ਤੀਜੀ ਗੱਲ ਕਹੀ ਸੀ ਤੇਰਾ ਦਿੱਲੀ ਦੇ ਵਿੱਚ ਮੁੜ ਕੇ ਵਾਸਾ ਲਵੋ। ਭਾਈ
ਭਾਈ ਸਾਹਿਬ ਭਾਈ ਮਨੀ ਸਿੰਘ ਸੀ ਸਨ ਜਿਹੜੇ ਸਿੰਘ ਸਾਹਿਬ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਮੁੱਖ ਸੇਵਾਦਾਰ ਲਾਹੌਰ ਦੇ ਵਿੱਚ ਜਦੋਂ ਸ਼ਹੀਦੀ ਹੋਣ ਲੱਗੀ ਉਹਨਾਂ ਦੀ ਉਹ ਮੂੰਹ ਤੋਂ ਕੋਈ ਵਚਨ ਨਹੀਂ ਬੋਲਦੇ, ਸੁਖਮਨੀ ਸਾਹਿਬ ਦਾ ਪਾਠ ਕਰਦੇ ਸਨ, ਮੁਸਲਮਾਨ ਵੀ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦੇ ਸਨ। ਅੰਮ੍ਰਿਤਸਰ ਦੇ ਵਿੱਚ ਆ ਕੇ ਮੁਸਲਮਾਨ ਜਨ ਸਨ ਜਿਹੜੇ ਉਹ ਵੀ ਸੱਚ ਦੀ ਸਿੱਖਿਆ ਲੈਂਦੇ ਸਨ, ਉਹਨਾਂ ਤੋਂ ਇੰਨਾ ਉੱਚਾ ਉਹਨਾਂ ਦਾ ਜੀਵਨ ਸੀ। ਅਤੇ ਜਦੋਂ ਉਹ ਸ਼ਹੀਦ ਹੋ ਗਏ ਤਾਂ ਕੋਲ ਇੱਕ ਮੁਸਲਮਾਨ ਫਕੀਰ ਬੈਠਾ ਸੀ ਅਤੇ ਉਸ ਮੁਸਲਮਾਨ ਫਕੀਰ ਨੂੰ ਮੁਗਲੀਆ ਸਰਕਾਰ ਦਾ ਜਿਹੜੇ ਗਵਾਹ ਸਨ ਕਾਜ਼ੀ ਮੌਲਾਨਾ, ਪੁੱਛਣ ਲੱਗੇ ਤੂੰ ਇੱਥੇ ਕੀ ਕਰਦਾ? ਕਹਿੰਦਾ ਮੈਂ ਇਹ ਦੇਖਦਾ ਵੀ ਇਹਦੇ ਮੂੰਹ ਦੇ ਵਿੱਚੋਂ ਕਿਹੜਾ ਵਚਨ ਨਿਕਲਿਆ, ਜਿਹੜਾ ਵਚਨ ਨਿਕਲਿਆ ਉਹਨੇ ਸੱਚ ਹੋ ਜਾਣਾ। ਉਹ ਕਹਿੰਦੇ ਨੇ ਤਾਂ ਵਚਨ ਕੋਈ ਬੋਲਿਆ ਨਹੀਂ, ਤਾਂ ਕਲਾਮ ਪੜ੍ਹਦਾ ਸੀ ਆਪਣੇ ਪੀਰ ਦਾ। ਕਹਿੰਦਾ ਜੇ ਨਾ ਵੀ ਬੋਲਿਆ ਨਾ ਕੋਈ ਵੀ ਵਚਨ, ਤਾਂ ਕਹਿੰਦਾ ਮੇਰਾ ਵਿਸ਼ਵਾਸ ਹੈ ਇਹ ਬਈ ਤੁਸੀਂ ਇਹਨੂੰ ਖਤਮ ਕਰ ਰਹੇ ਹੋ ਆਪਣੇ ਰਾਜ ਭਾਗ ਨੂੰ ਵਧਾਉਣ ਖਾਤਰ, ਤੁਹਾਡਾ ਰਾਜ ਭਾਗ ਤਾਂ ਵੀ ਖਤਮ ਹੋ ਜਾਣਾ, ਇਹਦੀ ਸ਼ਹੀਦੀ ਨੇ ਤੁਹਾਡਾ ਰਾਜ ਭਾਗ ਲੈ ਜਾਣਾ। ਜੇ ਨਾ ਵੀ ਬੋਲਿਆ ਨਾ ਤੁਸੀਂ ਆਪਣੇ ਤਪ ਦੇ ਹੰਕਾਰ ਵਿੱਚ, ਰਾਜ ਦੇ ਹੰਕਾਰ ਦੇ ਵਿੱਚ ਇਹਨੂੰ ਸ਼ਹੀਦ ਕਰ ਰਹੇ ਹੋ, ਤੁਹਾਡਾ ਰਾਜ ਭਾਗ ਇਹਦੀ ਸ਼ਹੀਦੀ ਲੈ ਕੇ ਹੀ ਜਾਵੇ। ਭਾਈ ਮਨੀ ਸਿੰਘ ਦੀ ਸ਼ਹੀਦੀ ਹੈ ਜਿਹੜੀ ਮੁਗਲਾਂ ਦਾ ਰਾਜ ਭਾਗ ਉਹਦਾ ਬਾਅਦ ਉਹਨਾਂ ਦਾ ਬਿਸਤਰਾ ਇਕੱਠਾ ਕਰਦੀ ਸੀ। ਸੋ ਜਿਹੜਾ ਭਾਈ ਮਦੀਦਾਰ ਸੀ ਉਹਨੇ ਵਚਨ ਕੀਤਾ ਸੀ ਕਿ ਤੈਨੂੰ ਦਿੱਲੀ ਦੇ ਵਿੱਚ ਵਾਸ ਨਹੀਂ ਹੋਵੇਗਾ ਤੇਰਾ। ਔਰੰਗਜ਼ੇਬ ਰਾਤ ਨੂੰ ਸਤਗੁਰਾਂ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਦੇ ਵਿੱਚ ਆ ਕੇ ਆਪਣੇ ਪਲੰਘ ਦੇ ਉੱਤੇ ਸੌਣ ਲੱਗਿਆ। ਜਦੋਂ ਸੁੱਤਾ ਤਾਂ ਸੌਣ ਲੱਗੇ ਉਹਦੇ ਹੁਣ ਪਾਪੀ ਹੈ ਜਿਹੜਾ ਪਾਪ ਕੀਤਾ ਹੋਇਆ, ਸਭ ਤੋਂ ਵੱਡਾ ਭਿਆਨਕ ਰੂਪ ਉਹ ਹੁੰਦਾ ਹੈ ਵੀ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਦੇ ਮੂਹਰੇ ਆ ਕੇ ਖੜ੍ਹਨ ਲੱਗ ਜਾਂਦੇ। ਜਿੰਨਾ ਮਰਜ਼ੀ ਕੋਈ ਪਾਪ ਕਰੇ, ਜਿੰਨਾ ਮਰਜ਼ੀ ਕੋਈ ਦਲੇਰ ਹੋਵੇ ਆਪਣੇ ਆਪ ਨੂੰ ਦਵਾ ਲਵੇ, ਬਹੁਤੇ ਲੋਕ ਨਸ਼ੇ ਪੀ ਕੇ ਪਾਪ ਕਰਦੇ ਹਨ, ਨਸ਼ਾ ਪੀ ਲੈਂਦੇ ਨੇ, ਜਦ ਸੌ ਜਾਂਗੇ ਸਵੇਰ ਨੂੰ ਉੱਠਦੇ ਨੇ ਫਿਰ ਪੀ ਲੈਂਦੇ ਨੇ ਅਤੇ ਰਾਤ ਨੂੰ ਫਿਰ ਪੀ ਲੈਂਦੇ ਨੇ, ਨਸ਼ਾ ਪੀ ਕੇ ਆਪਣੀ ਸੁਰਤ ਨੂੰ ਬੇਸੁਰਤ ਕਰੀ ਰੱਖਦੇ, ਕਿੰਨਾ ਕੁ ਚਿਰ ਕਰੀ ਰੱਖਣਗੇ? ਇੱਕ ਹੱਦ ਐਸੀ ਹੁੰਦੀ ਜਦੋਂ ਸਰੀਰ ਡਿੱਗ ਜਾਂਦਾ ਹੈ, ਸਰੀਰ ਨਸ਼ਾ ਪ੍ਰਵਾਨ ਨਹੀਂ ਕਰਦਾ, ਗੁਰਦੇ ਫੇਲ ਹੋ ਜਾਂਦੇ, ਸਭ ਕੁਝ ਫੇਲ ਹੋ ਜਾਂਦਾ, ਫਿਰ ਉਹਦੀ ਆਤਮਾ ਦੇ ਅੱਗੇ ਉਹਦੇ ਕੀਤੇ ਹੋਏ ਪਾਪ ਬੰਦਿਆਂ ਮਨ ਕਰਕੇ ਆ ਕੇ ਖੜ੍ਹ ਜਾਂਦਾ ਨੇ, ਗੱਲਾਂ ਕਰਦੇ ਡਰਾਉਂਦੇ ਨੇ, ਫਿਰ ਉਹ ਡਰਿਆ ਹੋਇਆ ਖੁਦਕੁਸ਼ੀਆਂ ਕਰਦਾ, ਪਰਿਵਾਰ ਨਾਲ ਵੀ ਗੱਲਾਂ ਕਰ ਸਕਦਾ, ਇਹੋ ਜਿਹੇ ਬੰਦੇ ਫਿਰ ਕੂਕਾਂ ਮਾਰ ਮਾਰ ਕੰਧਾਂ 'ਚ ਸਿਰ ਮਾਰ ਮਾਰ ਕੇ ਮਰਦੇ। ਤੁਹਾਡੇ ਸਾਹਮਣੇ ਜਿਨ੍ਹਾਂ ਨੇ ਪੁਲਿਸ ਵਾਲਿਆਂ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਹਾਲ ਦੇਖੋ ਕੀ ਹੋਇਆ। ਸੋ ਔਰੰਗਜ਼ੇਬ ਦਾ ਵੀ ਇਹ ਹਾਲ ਹੋਇਆ, ਰਾਤ ਨੂੰ ਨੀਂਦ ਨਹੀਂ ਆ ਰਹੀ ਅਤੇ ਧੱਕੇ ਦੇ ਨਾਲ ਪਤਾ ਨੂੰ ਬਾਦਸ਼ਾਹ ਜਿਹੜਾ ਕੋਈ ਖਾਂਦਾ ਜਰੂਰ ਜੀਮਾ ਤੋਂ ਮੈਦਾਨ ਤੋਂ ਧੱਕੇ ਨਾਲ ਸੁੱਤਾ ਰਾਤ ਨੂੰ, ਜਦੋਂ ਸੁੱਤਾ ਤਾਂ ਜਿਹੜੀ ਮੰਜਾ ਸੀ ਮੰਜੇ ਦੀ ਬਾਹੀ ਟੁੱਟ ਗਈ, ਬਾਦਸ਼ਾਹ ਮੰਜੇ ਤੋਂ ਥੱਲੇ ਡਿੱਗ ਗਿਆ। ਉਹਨੇ ਡਾਕਟਰ ਸੱਦੇ ਮੇਰਾ ਮੰਜਾ ਫਿਰ ਠੀਕ ਹੋ, ਮੰਜਾ ਠੀਕ ਕਰ ਦਿੱਤਾ ਗਿਆ, ਬੈਠਾ ਮੰਜੇ ਦੇ ਉੱਤੇ ਬੈਠਾ ਅਤੇ ਬੈਠਾ ਵੈਦ ਕੀ ਮਾਇਆ ਕੀ ਬਿਮਾਰੀ ਹੈ? ਕਹਿੰਦਾ ਕੋਈ ਬਿਮਾਰੀ ਜਾਓ। ਜਦੋਂ ਫੇਰ ਪਿਆ ਮੰਜੇ ਤੋਂ ਫਿਰ ਬੁੱਧਾ ਹੋ ਗਿਆ, ਆਵਾਜ਼ ਆਈ ਸ਼ਹੀਦ ਦੀ ਆਵਾਜ਼ ਆਈ ਕਿ ਤੂੰ ਇਹ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਪ੍ਰਤਾਪ ਸੂਰਜੀ ਗ੍ਰੰਥ ਦੇ ਵਿੱਚ ਪੜ੍ਹਿਆ। ਸੋ ਫਿਰ ਆਵਾਜ਼ ਆਈ ਕਿ ਤੈਨੂੰ ਕਿਹਾ ਤੂੰ ਦਿੱਲੀ ਦੇ ਵਿੱਚ ਟਿਕ ਨਹੀਂ ਸਕਦਾ, ਤੇਰੇ ਪਾਪ ਇੰਨੇ ਹਨ ਤਾਂ ਇੰਨੇ ਸਾਧੂ ਫਕੀਰ ਸ਼ਹੀਦ ਕਰ ਦਿੱਤੇ ਨੇ ਕਿ ਤੈਨੂੰ ਇੱਥੇ ਰਹਿਣ ਦਾ ਹੁਕਮ ਨਹੀਂ, ਇੱਥੋਂ ਦਿੱਲੀ ਚੋਂ ਨਿਕਲ ਜਾਇਆ ਸੀਗਾ। ਸੋ ਬਾਦਸ਼ਾਹ ਜਿਹੜਾ ਔਰੰਗਜ਼ੇਬ ਦਿਨ ਚੜ੍ਹਦੇ ਨੂੰ ਇੰਨਾ ਡਰਿਆ ਹੋਇਆ ਉਹ ਦਿੱਲੀ ਦੇ ਵਿੱਚੋਂ ਨਿਕਲਿਆ, ਉਹਨੂੰ ਨਿਕਲਣਾ ਪਿਆ। ਇਹ ਕਰਾਮਾਤਾਂ ਹਨ ਜਿਹੜੀਆਂ ਸਿੱਖਾਂ ਦੇ ਅੰਦਰ ਜਿਹੜੇ ਪਹੁੰਚੇ ਹਨ ਉਹਨਾਂ ਦੇ ਵਿੱਚ ਵਾਪਰਦੀਆਂ ਹਨ, ਹੁੰਦੀਆਂ ਹਨ, ਉਹ ਜੋ ਕੁਛ ਕਰਨ ਸੁਪਨਾ ਵੀ ਭੇਜ ਸਕਦੇ, ਸੁਪਨਾ ਵੀ ਭੇਜ ਸਕਦੇ ਸਿੱਖ।
ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਜਹਾਂਗੀਰ ਨੇ ਧੋਖੇ ਨਾਲ ਕੈਦ ਕੀਤਾ ਨਾ, ਤਾਂ ਉਸ ਵੇਲੇ ਮਾਤਾ ਜੀ ਨੇ ਬਾਬਾ ਬੁੱਢਾ ਜੀ ਦੇ ਕੋਲ ਅਰਦਾਸ ਕੀਤੀ, ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋ, ਲਾਲ ਜੀ ਹੈ ਜਿਹੜਾ ਉਹ ਜਿਹੜਾ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਹੈ, ਅਤੇ ਮੇਰਾ ਚਿੱਤ ਬੜਾ ਡਰ ਰਿਹਾ। ਗੁਰੂ ਅਰਜਨ ਸਾਹਿਬ ਗੁਰੂ ਦੇਵ ਪਤੀ ਉਹ ਤਾਂ ਲਾਹੌਰ ਦੇ ਵਿੱਚੋਂ ਮੁੜ ਕੇ ਨਹੀਂ ਆਏ, ਕੀ ਇਹਨਾਂ ਦਾ ਵੀ ਇਹ ਹਾਲ ਹੋਵੇਗਾ? ਸੋ ਬਾਬਾ ਜੀ ਕਹਿੰਦੇ ਨੇ ਕਿ ਮਾਤਾ ਜੀ ਮੈਨੂੰ ਗੁਰੂ ਜੀ ਦਾ ਹੁਕਮ ਨਹੀਂ ਹੈ ਵੀ ਅਸੀਂ ਕੋਈ ਕੜਾ ਮਾਰ ਦਿਵਾਈਏ, ਕਹਿੰਦੇ ਤੁਸੀਂ ਮੇਰੀ ਬੇਨਤੀ ਮੰਨ ਲਓ। ਕਹਿੰਦੇ ਚੰਗਾ ਫਿਰ ਮੈਂ ਤੁਹਾਡਾ ਨਾਂ ਲਵਾਂਗਾ ਗੁਰੂ ਜੀ ਦੇ ਕੋਲ। ਭਾਈ ਜੇਠਾ ਜੀ ਸਨ ਜਿਹੜੇ, ਉਹਨਾਂ ਨੂੰ ਹੁਕਮ ਕੀਤਾ ਬਾਬੇ ਬੁੱਢੇ ਜੀ ਨੇ, ਭਾਈ ਜੇਠਾ ਜੀ ਸ਼ੇਰ ਦਾ ਰੂਪ ਬਣ ਕੇ ਨਾ ਜਹਾਂਗੀਰ ਦੇ ਹਿੱਤ ਤੇ ਜਾਂਦੇ। ਜਦ ਸੌਂਦਾ ਹੈ ਤਾਂ ਉਹ ਜਹਾਂਗੀਰ ਨੂੰ ਨੀਂਦ ਨਹੀਂ ਆਉਂਦੀ। ਸਵੇਰ ਨੂੰ ਉੱਠਿਆ ਤੇ ਸਵੇਰ ਨੂੰ ਉੱਠ ਕੇ ਜਹਾਂਗੀਰ ਥਰ ਥਰ ਕੰਬਦਾ, ਮੂੰਹ ਪੀਲਾ ਹੋਇਆ ਪਿਆ, ਉਹਦਾ ਸ਼ਰਾਬੀ ਤਾਂ ਪਹਿਲਾਂ ਹੀ ਸੀਗਾ, ਮੂੰਹ ਪੀਲਾ ਹੋਇਆ ਪਿਆ। ਜੋ ਜੀਰ ਪੁੱਛਦੇ ਨੇ ਗੱਲ ਕੀ ਹੋ ਗਈ, ਕਿਸੇ ਨੂੰ ਡਰਦਾ ਦੱਸਦਾ ਵੀ ਨਹੀਂ ਕੀ ਗੱਲ ਹੋਈ। ਹੁਣ ਰਾਤ ਅੜੀ ਕਰਾ, ਜਦੋਂ ਰਾਤ ਆਉਣੀ ਹੈ ਤਾਂ ਰਾਤ ਵੇਲੇ ਫਿਰ ਡਰ ਲੱਗਦਾ ਵੀ ਰਾਤ ਨੂੰ ਫਿਰ ਸ਼ੇਰ ਖਾਊ, ਕਿਉਂ ਸ਼ੇਰ ਕਹਿ ਗਿਆ ਮੈਂ ਤੈਨੂੰ ਰਾਤ ਨੂੰ ਫਿਰ ਦਿਖਾਊ, ਤਾਰੇ ਤੈਨੂੰ ਚੰਗੀ ਤਰ੍ਹਾਂ ਦਿਖਾਊ। ਉਹ ਬੜਾ ਡਰਦਾ, ਉਹਨੇ ਸਾਰੇ ਦਿੱਲੀ ਦੇ ਵਿੱਚ ਰੌਲਾ ਪਾ ਦਿੱਤਾ ਵੀ ਮੈਨੂੰ ਵੈਦ ਹਕੀਮ ਜਿੰਨੇ ਨੇ ਛੇਤੀ ਤੋਂ ਛੇਤੀ ਪੈਣ, ਸਾਰੇ ਵੈਦ ਆਉਣਾ। ਕਿਸੇ ਵੈਦ ਨੂੰ ਵੈਦ ਕੋਲ ਦਾ ਇਲਾਜ ਨਹੀਂ ਲੱਗਿਆ, ਅਤੇ ਭਾਈ ਜੇਠਾ ਜੀ ਨੂੰ ਪਤਾ ਸੀ ਇਹਦਾ ਇਲਾਜ ਮੈਂ ਕਰਨਾ, ਅਤੇ ਭਾਈ ਜੇਠਾ ਜੀ ਗਏ, ਕਹਿੰਦੇ ਮੈਂ ਤੇਰੇ ਨਾਲ ਇਕੱਲੇ ਨਾਲ ਗੱਲ ਕਰਨੀ। ਕਹਿੰਦਾ ਠੀਕ ਹੈ, ਜਹਾਂਗੀਰ ਨਾਲ ਇਕੱਲੇ ਨਾਲ ਗੱਲ ਕੀਤੀ, ਅੰਦਰ ਜਾ ਕੇ ਜਹਾਂਗੀਰ ਨੂੰ ਦਿਖਾ ਲਿਆ, ਉਹਨੂੰ ਸਾਰਾ ਹਾਲ ਦੱਸਦਾ ਵੀ ਤੈਨੂੰ ਸ਼ੇਰ ਉਮਰ ਬਣਾਓ। ਕਹਿੰਦਾ ਹਾਂਜੀ ਸ਼ੇਰ ਉਮਰ ਬਣਾਓ, ਅਤੇ ਕਹਿੰਦਾ ਜਦ ਅਰਮਾਲ ਦਿਖਾਉਣਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਰਮਾਲ ਦਿੱਤਾ ਹੋਇਆ, ਕਹਿੰਦਾ ਜਦ ਉਹ ਦਿਖਾਉਣਾ ਸ਼ੇਰ ਪੜਿਆ ਚਲੇ ਜਾਂਦਾ, ਕਹਿੰਦਾ ਹਾਂ ਚਲਿਆ ਜਾਂਦਾ। ਕਹਿੰਦਾ ਹੁਣ ਚੰਗੀ ਤਰ੍ਹਾਂ ਸੁਣ ਲੈ, ਕਹਿੰਦਾ ਪੈਸਾ ਨਹੀਂ ਤੇਰੇ ਤੋਂ ਮੈਂ ਕੋਈ ਲੈਣਾ, ਜਦ ਤੇਰਾ ਇਲਾਜ ਹੋਜੂ ਜਦ ਕਹਿੰਦਾ ਮੈਂ ਕੰਮ ਕਰੂੰਗਾ, ਜਦ ਦੇਵਤੇ ਜੀ ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਧੋਖੇ ਨਾਲ ਕੈਦ ਕੀਤਾ, ਮੈਂ ਸਵਾ ਮਹੀਨੇ ਦਾ ਸਮਾਂ ਦਿੱਤਾ ਸੀ, ਤੂੰ ਸਮਾਂ ਭੁੱਲ ਗਿਆ, ਮੈਂ ਕੈਦ 'ਚੋਂ ਕੱਢਿਆ ਨਹੀਂ, ਜਿੰਨੀ ਛੇਤੀ ਤੂੰ ਕੱਢ ਦੇਵੇਗਾ ਉਨੀ ਛੇਤੀ ਤੇਰਾ ਇਲਾਜ ਹੋ, ਜੇ ਨਹੀਂ ਕੱਢੇਗਾ ਤਾਂ ਤੇਰਾ ਖਾਤਮਾ ਵੀ ਹੋ ਸਕਦਾ। ਜਹਾਂਗੀਰ ਨੂੰ ਤਾਂ ਪਤਾ ਲੱਗ ਗਿਆ ਸੱਚ ਦਾ ਵੀ ਹਾਂ ਇਹ ਗੱਲ ਸੱਚੀ ਹੈ, ਉਹਨੇ ਸਾਰੇ ਵੈਦਕੀਨ ਭੇਜਤੇ, ਅਤੇ ਜਹਾਂਗੀਰ ਨੇ ਦਿਨ ਚੜ੍ਹਦੇ ਨੂੰ ਗਵਾਲੀਅਰ ਸੁਨੇਹਾ ਭੇਜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਛਡਾਉਣ ਖਾਤਰ, ਉੱਧਰ ਰਿਹਾਅ ਕਰਨ ਖਾਤਰ ਹੁਕਮ ਭੇਜਤੇ, ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਾਰੀ ਕਰਾਮਾਤ ਦਾ ਪਤਾ ਸੀ, ਅਤੇ ਮਹਾਰਾਜ ਕਹਿੰਦੇ ਵੀ ਅਸੀਂ ਨਹੀਂ ਨਿਕਲਣਾ, ਅਸੀਂ ਤਾਂ ਨਿਕਲਾਂਗੇ ਮਹਾਰਾਜ ਉਹ ਚਾਹੁੰਦਾ 52 ਰਾਜੇ ਧਾਮਾ ਮਾਰ ਕੇ ਰੋਕੇ ਵੀ ਸਾਨੂੰ ਮਾਰ ਦੇਣਾ, ਜੇ ਤੁਸੀਂ ਚਲੇ ਗਏ ਤਾਂ ਸਾਨੂੰ ਮਾਰ ਦੇਣਾ। ਮਹਾਰਾਜ ਕਹਿੰਦੇ ਤਾਂ ਨਿਕਲਾਂਗੇ ਜੇ 52 ਰਾਜ ਨਿਕਲੋਗੇ, ਬਾਕੀ ਮੈਂ ਇਤਿਹਾਸ ਬਹੁਤਾ ਲੰਮਾ ਨਹੀਂ ਜਾਂਦਾ, ਅਤੇ ਸਤਿਗੁਰੂ ਜੀ ਨੇ 52 ਦੇ 52 ਰਾਜੇ ਸਰੋਪਾ ਦੇ ਕੇ ਘੋੜੇ ਦੇ ਕੇ ਆਪਣੇ ਆਪਣੇ ਰਾਜ ਦੇ ਵਿੱਚ, ਇਹ ਸ਼ਹੀਦਾਂ ਦਾ ਬਲ ਹੈ ਜਿਹੜੇ ਸ਼ਹੀਦ ਹਨ ਇੰਨੇ ਕੰਮ ਕਰ ਸਕਦੇ। ਸੋ ਔਰੰਗਜ਼ੇਬ ਸੀ ਜਿਹੜਾ ਉਹਨੂੰ ਦਿੱਲੀ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਨਿਕਾਲ ਦਿੱਤਾ ਗਿਆ, ਉਹ ਭਾਈ ਮਤੀ ਦਾ ਭਾਈ ਦੀ ਤਾਕਤ। ਸੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੇ ਨਾਲ ਇੱਕ ਤਾਂ ਹਿੰਦੁਸਤਾਨ ਦੇ ਜਿੰਨੇ ਸਾਧੂ ਸੀ, ਸਾਧੂਆਂ ਦੇ ਅੰਦਰ ਇੰਨਾ ਬਲ ਭਰ ਗਿਆ ਵੀ ਸਾਡਾ ਗੁਰੂ ਤੇਗ ਬਹਾਦਰ ਮਹਾਰਾਜ ਇਕੱਲਾ ਐਸਾ ਗੁਰੂ ਹੈ ਜਿਹੜਾ ਸੱਚ ਦੇ ਅੱਗੇ ਅੜ ਖੜੋਤਾ ਹੈ, ਇਹ ਹਕੂਮਤ ਪਾਪ ਕਰ ਰਹੀ ਹੈ, ਹਰੇਕ ਦੇ ਮੂੰਹ ਨੂੰ ਜ਼ੁਬਾਨ ਲੱਗ ਗਈ। ਸਾਧੂ ਅੜ ਗਏ, ਜਿੰਨੇ ਸਾਧੂ ਸੀ ਉਹ ਸਾਧੂ ਉੱਠ ਖੜੇ ਹੋਏ,
ਤੇ 75 ਦੇ ਵਿੱਚ ਸ਼ਹੀਦੀ ਹੁੰਦੀ ਹੈ। 24 ਸਾਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੋ ਜਿਹਾ ਪ੍ਰਚਾਰ ਕੀਤਾ ਕਿ ਲੋਕ ਸੁੱਤੇ ਪਏ ਜਲਾ ਦਿੱਤੇ ਤੇ ਸ਼ਹੀਦੀ ਘਰ ਘਰ ਪਹੁੰਚ ਗਈ। ਗੁਰੂ ਤੇਗ ਬਹਾਦਰ ਮਹਾਰਾਜ ਦਾ ਬਲ ਹੈ ਜਿਹੜਾ ਉਹਨਾਂ ਦਾ ਕੀਤਾ ਪਰਉਪਕਾਰ ਹਿੰਦੁਸਤਾਨ ਦੇ ਬੱਚੇ ਬੱਚੇ ਦੀ ਜਵਾਨ ਤੇ ਜਾ ਬੈਠਾ। ਐਡਾ ਜੁਰਮ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਨੇ ਕੀਤਾ, ਗੁਰੂ ਦੀ ਧਰਮ ਦੀ ਰੱਖਿਆ ਕਰਨ ਵਾਲੇ, ਧਰਮ ਸਥਾਪਿਤ ਕਰਨ ਵਾਲੇ ਉਹਨਾਂ ਨੂੰ ਵੀ ਛੱਡਿਆ। ਸੋ ਸਤਿਗੁਰੂ ਜੀ ਦੀ ਬਾਣੀ ਹੈ ਜਿਹੜੀ ਜਿੱਥੇ ਜਿਹੜੀਆਂ ਵੱਡੀਆਂ ਤਬਦੀਲੀਆਂ ਆਈਆਂ, ਲੋਕ ਬਾਣੀ ਪੜ੍ਹਨ ਲੱਗ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਘਰ ਘਰ ਦੇ ਵਿੱਚੋਂ ਤੰਬਾਕੂ ਨਿਕਲ ਗਿਆ। ਅੱਜ ਦੀ ਤੁਸੀਂ ਨੌਜਵਾਨ ਪੀੜ੍ਹੀ ਦੇਖੋ, ਆਹ ਜਿਹੜੇ ਗਾਉਣ ਵਾਲੇ ਫਿਰਦੇ ਨੇ ਨਾ ਸਟੇਜਾਂ 'ਤੇ ਆ ਕੇ ਤੁਸੀਂ ਪ੍ਰੋਗਰਾਮ ਸੁਣਦੇ ਉਹਨਾਂ ਦੇ, ਇਹ ਕੋਈ ਕਹਿੰਦੇ ਨੇ ਮਸਤਾਂ 'ਤੇ ਜਾਂਦੇ ਨੇ, ਕੋਈ ਮੁਸਲਮਾਨ ਫਕੀਰਾਂ ਦੀ ਕਬਰਾਂ 'ਤੇ ਜਾਂਦੇ ਨੇ, ਅਤੇ ਉੱਥੇ ਜਾ ਕੇ ਪਤਾ ਕਰਦਾ ਜਿਹੜੇ ਉਹ ਕਬਰਾਂ 'ਤੇ ਜਾਣ ਵਾਲੇ ਨੇ ਉਹ ਸਿਰਕਾਂ ਪੀਂਦੇ ਨੇ, ਸ਼ਰਾਬ ਪੀਂਦੇ ਨੇ। ਅਤੇ ਸਾਡੇ ਗਾਉਣ ਵਾਲੇ ਨੇ ਜਿਹੜੇ ਇਹ ਉਹਨਾਂ ਦੀ ਪੁਸਤਕ ਕਰਦੇ ਨੇ ਜਾ ਕੇ, ਅਤੇ ਨੌਜਵਾਨ ਪੀੜ੍ਹੀ ਹੈ ਜਿਹੜੀ ਇਹ ਜਾ ਕੇ ਉਹ ਮਸਤਾਂ ਦੀ ਜਾਇਆ ਕਹਿੰਦੇ ਨੇ ਉੱਥੇ ਜਾ ਕੇ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਮਹਾਰਾਜ ਨੇ ਇਸ ਸਰੀਰ ਨੂੰ ਹਰਿਮੰਦਰ ਕਿਹਾ, ਇਸ ਸੰਸਾਰ ਨੂੰ ਵੀ ਹਰਿਮੰਦਰ ਕਿਹਾ। ਹਰਿਮੰਦਰ ਇਹੋ ਸਰੀਰ ਹੈ, ਹਰਿਮੰਦਰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਵੀ ਕਿਹਾ, ਸੰਸਾਰ ਨੂੰ ਵੀ ਹਰਿਮੰਦਰ ਕਿਹਾ। ਸੋ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਉਹਦੀ ਹਦੂਦ ਦੇ ਅੰਦਰ ਕੋਈ ਸਿੰਟ ਲੈ ਕੇ ਚਲਾ ਜਾਵੇ ਉਹਦਾ ਸਿਰ ਵੱਢਣ ਤੱਕ ਲੋਕ ਜਾਂਦੇ, ਸ਼ਰਾਬ ਦਾ ਤਾਂ ਨਾਂ ਹੀ ਨਹੀਂ ਨਾ ਪਤਾ। ਦੇਖਿਆ ਕੋਈ ਸ਼ਰਾਬ ਪੀਂਦਾ ਦਰਬਾਰ ਸਾਹਿਬ ਦੀ ਹਾਂਦੇ ਦੇ ਅੰਦਰ ਕੋਈ ਚੱਕ ਪੀਂਦਾ। ਇਹ ਸਰੀਰ ਜਦੋਂ ਹਰਿਮੰਦਰ ਬਣ ਜਾਵੇ, ਇਸ ਸਰੀਰ ਦੇ ਹਰਿਮੰਦਰ ਦੇ ਵਿੱਚ ਕੋਈ ਸਿੱਖ ਕਿਵੇਂ, ਤੁਸੀਂ ਸਾਧ ਕਿਵੇਂ ਹੁੰਦੋ, ਕੋਈ ਸ਼ਰਾਬ ਇਸ ਹਰਿਮੰਦਰ ਦੇ ਵਿੱਚ ਪਾਵੇ ਜਿੱਥੇ ਵਾਹਿਗੁਰੂ ਬੈਠਾ ਹੋਵੇ, ਜਿੱਥੇ ਗੁਰੂ ਬੈਠਾ ਹੋਵੇ, ਜਿਹਦੇ ਅੰਦਰ ਪ੍ਰਗਟ ਹੋ ਗਿਆ ਗੁਰੂ, ਅਤੇ ਉੱਥੇ ਸ਼ਰਾਬ ਲੈ ਕੇ ਕੋਈ ਪੀਵੇ, ਅਤੇ ਉਸ ਨੂੰ ਤੁਸੀਂ ਹਰਿਮੰਦਰ ਕਿਵੇਂ ਕਹੋਗੇ, ਉਸ ਤੁਸੀਂ ਸਾਧ ਕਿਵੇਂ ਕਹੋਗੇ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬਾਬਰ ਨੇ ਕਹਿਤਾ ਸੀ ਕਿ ਮਹਾਰਾਜ ਆਹ ਸ਼ਰਾਬ ਤੁਸੀਂ ਵੀ ਪੀਓ। ਮਹਾਰਾਜ ਕਹਿੰਦੇ ਵੀ ਜਿਹੜੀ ਮੇਰੀ ਬਿਮਾਰੀ ਹੈ ਇਹ ਤੇਰੀ ਤਾਂ ਬਿਮਾਰੀ ਗੰਜੜੇ ਨੂੰ ਉੱਤਰ ਜਾਣੀ ਹੈ, ਮੈਨੂੰ ਨਾਮ ਦੀ ਬਿਮਾਰੀ ਚੜੀ ਹੋਈ ਨਹੀਂ, ਉੱਤਰਨਾ ਹੀ ਨਹੀਂ ਕਦੇ। ਅਤੇ ਉਹਦੇ ਮੂੰਹ ਦੇ ਉੱਤੇ ਸਤਿਗੁਰੂ ਜੀ ਨੇ ਕਹਿਤਾ ਸੀ ਕਿ ਕਹੋ ਨਾਨਕ ਸੋ ਬਾਬਰ ਮੀਰ ਤੁਝ ਤੇ ਮੰਗੈ ਸੋ ਅਹਿਮਤ ਫਕੀਰ। ਬਾਬਰ ਮੀਰ, ਬਾਬਰ ਬਾਦਸ਼ਾਹ, ਸੁਣ, ਇੱਥੋਂ ਕੋਈ ਚੀਜ਼ ਲੈ ਕੇ ਮੈਂ ਖਾਵਾਂ, ਇੱਥੋਂ ਕੋਈ ਭੇਡਾ ਲਵਾਂ, ਅਤੇ ਉਹਦਾ ਅਹਿਮਤ ਫਕੀਰਾਂ ਦਾ, ਮੂਰਖ ਫਕੀਰਾਂ ਦਾ ਕੰਮ ਹੈ। ਤੂੰ ਕਿਸੇ ਨੂੰ ਕੀ ਦੇਖ ਸਕਦਾ, ਤੂੰ ਤਾਂ ਆਪ ਮੰਗਦਾ ਖੁਰਾਸਾਨ ਤੋਂ ਚੜ੍ਹ ਕੇ ਹਿੰਦੁਸਤਾਨ ਨੂੰ ਲੁੱਟਣ ਆਇਆ, ਤੂੰ ਕਿਸੇ ਨੂੰ ਕੀ ਦੇਖ ਸਕਦਾ। ਅਤੇ ਬਾਬਰ ਨੇ ਮੱਥੇ 'ਤੇ ਹੱਥ ਮਾਰ ਕੇ ਰੋਇਆ ਸੀ ਕਿ ਇਹੋ ਜਿਹਾ ਫਕੀਰ ਦਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਹਿੰਦੁਸਤਾਨ ਦੇ ਵਿੱਚ ਐਸਾ ਫਕੀਰ ਹੈ, ਮੈਂ ਕਦੇ ਹਿੰਦੁਸਤਾਨ 'ਤੇ ਹਮਲਾ ਕਰਨ ਦੀ ਗਲਤੀ ਨਾ। ਸੋ ਇਹ ਦਾਨ ਹੈ ਜਿਹੜਾ ਸਤਿਗੁਰਾਂ ਨੇ ਦਾਨ ਦਿੱਤਾ, ਜਿੰਨੇ ਫਕੀਰ ਸਨ ਉਹਨਾਂ ਨੂੰ ਸੱਚ ਬੋਲਣ ਦਾ ਦਾਨ ਪ੍ਰਾਪਤ ਹੋ ਗਿਆ। ਸਤਿਗੁਰਾਂ ਦੀ ਸ਼ਹੀਦੀ ਨੇ ਲੋਕਾਂ ਦੀ ਜ਼ਮੀਨ ਹੈ ਉਹ ਜਲਾ ਦਿੱਤੀ, ਇਸੇ ਕਰਕੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸਨ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਯਾਦ ਸ਼ੁਰੂ ਹੋਏ। ਇਵੇਂ ਨਹੀਂ ਕਿਰਪਾਨਾਂ ਪਾਈਆਂ ਉਹਨਾਂ ਨੇ, ਇਵੇਂ ਨਹੀਂ ਕੁਦਰਤ ਦੇ ਵਿੱਚ ਅਮਰ ਛਕਿਆ, ਇਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਇਹ ਦਿੱਤਾ ਦਾਨ। ਸੋ ਸਤਿਗੁਰੂ ਦੀ ਬਾਣੀ ਨੇ ਤਿਆਗ ਸਿਖਾ ਦਿੱਤਾ, ਇਸੇ ਕਰਕੇ ਬਾਣੀ ਹੈ ਜਿਹੜੇ ਸਲੋਕ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਫਕੀਰ ਦੇ ਵਿੱਚ ਪਾਉਂਦੇ। ਜਿਹੜਾ ਸੁਣ ਲੂਗਾ ਸਾਰੀ ਬਾਣੀ ਸੁਣਨ ਉਪਰੰਤ ਜੇ ਪਿਆਰ ਨਾਲ ਸੁਣਦਾ ਰਹਿੰਦਾ ਤਾਂ ਉਹਦੇ ਅੰਦਰ ਇਹ ਸਲੋਕ ਹਨ ਤਿਆਗ ਜਗਾ ਦਿੰਦੇ ਹਨ, ਉਹਨੂੰ ਘਰ ਬਾਰ
ਦੇ ਸਵਾਲ ਹਨ ਜਿਹੜੇ ਉਹ ਕੌੜੇ ਲੱਗਣ ਲੱਗ ਜਾਂਦੇ ਨੇ, ਇਹਨਾਂ ਦੇ ਵਿੱਚ ਕੀ ਹੈ। ਪਿਆਰ ਤੋਂ ਵੈਰਾਗ ਪੈਦਾ ਹੁੰਦਾ ਕਿਉਂਕਿ ਸੱਚ ਹਿਰਦੇ ਅੰਦਰ ਵੱਸ ਜਾਂਦਾ। ਜੇ ਸੱਚ ਹਿਰਦੇ ਦੇ ਅੰਦਰ ਵੱਸ ਜਾਵੇ ਫਿਰ ਸਾਰਥਕ ਸਿਮਰਨ ਸ਼ੁਰੂ ਹੋ ਜਾਂਦਾ। ਰਾਮ ਸਿਮਰ ਰਾਮ ਸਿਮਰ, ਇਹਨਾਂ ਤੇਰਾ ਕਾਰਨ ਇਹ ਤੇਰਾ ਕੰਮ ਹੈ। ਸੋ ਗੁਰੂ ਨਾਨਕ ਸਾਹਿਬ ਨੇ ਜੋ ਵਚਨ ਦਿੱਤੇ ਹਨ ਗੁਰੂ ਤੇਗ ਬਹਾਦਰ ਸਾਹਿਬ ਸੱਜੇ ਪਾਤਸ਼ਾਹ ਨੇ ਦ੍ਰਿੜ ਕਰਾਇਆ, ਸ੍ਰੀਮਾਨ ਸੰਤ ਬਾਬਾ ਈਸ਼ਵਰ ਸਿੰਘ ਜੀ ਰਾਲੇ ਵਾਲੇ ਨੇ ਜਿਹੜੇ, ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਮਹਾਰਾਜ ਬਿਰਤੀ ਚੁਕਾਉਣ ਦੇ ਕੀ ਧੰਨ ਨੇ। ਉਹ ਕਹਿੰਦੇ ਜਿਹੜੇ ਦੇਖੋ ਦਸਾਂ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਨੇ ਵਚਨ ਦਿੱਤੇ, ਸਾਨੂੰ ਤਿੰਨ ਵਚਨ ਦਿੱਤੇ ਹਨ, ਗੁਰੂ ਨਾਮ ਦਾਨ ਇਸ਼ਨਾਨ। ਨਾ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੇ ਵਿੱਚ ਨਾਮ ਦਾਨ ਇਸ਼ਨਾਨ ਦਿੜਾਇਆ, ਨਾਮ ਦਾਨ ਤੇ ਇਸ਼ਨਾਨ, ਇਹ ਤਿੰਨ ਚੀਜ਼ਾਂ ਨੇ, ਤਿੰਨ ਸ਼ਬਦ ਨੇ। ਜਿਹੜਾ ਇਹਨਾਂ ਤਿੰਨਾਂ ਸ਼ਬਦਾਂ ਨੂੰ ਦ੍ਰਿੜ ਆਪਣੀ ਜ਼ਿੰਦਗੀ ਦੇ ਵਿੱਚ ਕਰਾ ਲੈਂਦੇ ਨੇ, ਇਹਦੇ ਪਿੱਛੇ ਸਾਰਾ ਹੀ ਕੁਛ ਮਿਲ ਜਾਂਦਾ। ਚਾਰ ਪਦਾਰਥ ਵੀ ਮਿਲ ਜਾਂਦੇ ਨੇ, ਮੁਕਤੀ ਵੀ ਮਿਲ ਜਾਂਦੀ ਹੈ, ਵਾਹਿਗੁਰੂ ਦੀ ਪ੍ਰਾਪਤੀ ਵੀ ਹੋ ਜਾਂਦੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਅਰਦਾਸ ਕੀਤੀ ਕਿ ਗਰੀਬ ਨਵਾਜ਼, ਤੁਸੀਂ ਸਿੱਖਾਂ ਨੂੰ ਕਹਿ ਰਹੇ ਹੋ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਚਾਹੀਦਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ, ਇਹਦਾ ਕੀ ਫਲ ਹੁੰਦਾ, ਕੀ ਫਲ ਪ੍ਰਾਪਤ ਹੁੰਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਹਾਉਂਦੇ ਹਨ। ਸੋ ਸਤਿਗੁਰੂ ਕਹਿਣ ਲੱਗੇ ਕਿ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੈ ਜਿਹੜਾ, ਪਹਿਲੀ ਵਾਰ ਤਾਂ ਦਲਿੱਦਰ ਦੂਰ ਹੋਵੇਗਾ, ਸਵਾ ਪਹਿਰ ਰਾਤ ਰਹਿੰਦੀ ਜਿਹੜਾ ਇਸ਼ਨਾਨ ਕਰਨਾ। ਸਿਰਫ ਇਸ਼ਨਾਨ ਇਸ਼ਨਾਨ ਕਰਨ ਦਾ ਫਲ ਇਹਦਾ ਹੈ ਵੀ ਸਵਾ ਮਾਣਾ ਕੋਈ ਸੋਨਾ ਦਾਨ ਕਰ ਦੇ ਜਾਂ ਹਜ਼ਾਰ ਗਊ ਦਾਨ ਕਰ ਦੇ। ਹਜ਼ਾਰ ਗਊ ਦਾਨ ਦਾ ਕਰਨ ਦਾ ਭਾਵ ਹੈ ਕੋਈ ਬਾਦਸ਼ਾਹ ਹੀ ਕਰ ਸਕਦਾ ਸੀ, ਦੁਧਾਰੂ ਪਸ਼ੂ ਹੁੰਦੇ ਨੇ ਜਿਹੜੇ ਕਿਸੇ ਦੇ ਘਰ ਦੀਆਂ ਨਹਿਰਾਂ ਚੱਲ ਪੈਣ, ਕਿੰਨਾ ਸੁੱਖ ਆਵੇਗਾ ਉਸਦੇ ਘਰ। ਉਹ ਸੁੱਖ ਆ ਜਾਵੇ ਤਾਂ ਸਰੀਰ ਤਕੜਾ ਹੋ, ਸਿਹਤ ਤਕੜੀ ਹੋਵੇਗੀ ਅਤੇ ਉਹ ਬਾਕੀ ਤੌਰ 'ਤੇ ਤਕੜੇ ਹੋਣਗੇ, ਆਲੇ ਦੁਆਲੇ ਲੰਗਰ ਚੱਲਣਗੇ ਉਹਨਾਂ ਦੇ। ਇਹ ਸਵਾ ਮਨ ਸੋਨਾ ਦਾਨ ਕਰਨ ਦੇ ਬਰਾਬਰ ਹੈ ਜਿਹੜਾ ਸਿਰਫ ਇਸ਼ਨਾਨ ਇਸ਼ਨਾਨ ਕਰਦਾ ਅਤੇ ਜਿਹੜਾ ਉਦੋਂ ਘੰਟਾ ਬਾਅਦ ਹਾਲਾਤ ਨਾਲ ਲਵੇ ਅਤੇ ਸਵਾ ਮਨ ਚਾਂਦੀ ਦਾਨ ਕਰਦਾ ਜਾਂ ਸੌ ਗਊ ਦਾਨ ਕਰਦਾ ਅਤੇ ਉਦੋਂ ਘੰਟਾ ਲੇਟ ਕਰ ਦੇਵੇ ਫਿਰ ਕਹਿੰਦੇ ਨੇ ਵੀ ਇਹ ਲੋਹਾ ਦਾਨ ਕਰਨ ਜਾਂ ਇੱਕ ਗਊ ਦਾਨ ਕਰਨ ਦੇ ਬਰਾਬਰ ਹੁੰਦਾ। ਇਹ ਇਸ਼ਨਾਨ ਇਸ਼ਨਾਨ ਦਾ ਫਲ ਹੈ। ਫਿਰ ਕਹਿੰਦੇ ਨਾਮ ਜਪਣ ਦਾ ਮਹਾਰਾਜ, ਤੁਸੀਂ ਕਹਿੰਦੇ ਵੀ ਸਿੱਖ ਜਿਹੜਾ ਸਵੇਰੇ ਉੱਠ ਕੇ ਨਾਮ ਜਪੇ, ਇਸ਼ਨਾਨ ਤਾਂ ਕਰ ਲਿਆ ਅਤੇ ਇਸ਼ਨਾਨ ਕਰਕੇ ਵਿਹਲਾ ਤਾਂ ਹੀ ਬੈਠਣਾ, ਮੈਂ ਉਂਗੀ ਤਾਂ ਹੀ ਜਾਣਾ ਵੀ ਇਸ਼ਨਾਨ ਕਰਕੇ ਨਾਮ ਵੀ ਜਪਣਾ ਹੈ, ਨਾਮ ਜਪਣ ਦਾ ਕੀ ਫਲ ਹੈ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਲੱਗੇ ਪੁਰਖਾ ਨਾਮ ਜਿਹੜਾ ਜਪਦਾ ਹੁਣ ਤੋਂ ਵੇਲੇ ਨਾਮ ਦੀ ਮਹਿਮਾ ਬੇਅੰਤ ਹੈ, ਇਹਦਾ ਫਲ ਕਥਨ ਕੀਤਾ ਹੀ ਨਹੀਂ ਜਾਂਦਾ, ਨਾਮ ਦਾ ਕਿੰਨਾ ਫਲ ਹੈ। ਅਤੇ ਕਹਿੰਦੇ ਸੰਤ ਈਸ਼ਵਰ ਸਿੰਘ ਨੂੰ ਕਹਿਣ ਲੱਗੇ ਕਿ ਕਹਿੰਦੇ ਭਗਤ ਨਾਮਦੇਵ ਜੀ ਨੇ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਦੇ, ਕਹਿੰਦੇ ਇਹਨਾਂ ਦੇ ਕੋਲ ਸੇਠ ਆਇਆ, ਸੇਠ ਬੜਾ ਅਮੀਰ ਸੀ, ਉਸ ਸੇਠ ਨੇ ਇਹਨਾਂ ਨੂੰ ਲੰਗਰ 'ਤੇ ਛੱਡੇ, ਹੋਰ ਵੀ ਸਾਧੂ ਸੱਦੇ ਅਤੇ ਜਦੋਂ ਲੰਗਰ 'ਤੇ ਸੱਦ ਲਿਆ ਸਾਰਿਆਂ ਨੂੰ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਇਹ ਮਰਿਆਦਾ ਵੀ ਆਪਾਂ ਜਦੋਂ ਕੋਈ ਪੰਜ ਸਿੰਘ ਆਉਣ ਘਰ ਦੇ ਵਿੱਚ ਉਹਨਾਂ ਨੂੰ ਆਪਾਂ ਕੁਝ ਨਾ ਕੁਝ ਜਿੰਨੀ ਸ਼ਰਧਾ ਹੋਵੇ, ਪੰਜ ਰੁਪਈਏ, ਦਸ, ਗਿਆਰਾਂ, ਵੀਹ, ਪੱਚੀ ਜਿੰਨੇ ਹੋਵੇ ਆਪਾਂ ਕਹਿੰਦੇ ਵੀ ਕਮਾਈ ਸਦਯੋਗ ਉਹਨੂੰ ਹੋ ਜਾਵੇ ਦਾਨ ਹੱਥੋਂ ਨਿਕਲਦਾ ਚੰਗਾ, ਕਿਉਂਕਿ ਸਚਿਆਰੇ ਸਿੱਖ ਨੇ ਗੁਰੂ ਦੇ। ਸੋ ਕਹਿਣ ਲੱਗਾ ਸਾਰਿਆਂ ਨੂੰ ਦਾਨ ਦੇ ਦਿੱਤਾ ਅਤੇ ਭਗਤ ਜੀ ਨੂੰ ਕਹਿਣ ਲੱਗਾ ਹੱਥ ਜੋੜ ਕੇ, ਮਹਾਰਾਜ ਜੀ ਤੁਸੀਂ ਮਹਾਂਪੁਰਖ ਬਹੁਤ ਵੱਡੇ ਹੋ, ਤੁਸੀਂ ਆਪਣੇ ਮੂੰਹੋਂ ਮੰਗੋ, ਮੈਂ ਮੂੰਹ ਮੰਗਿਆ ਤੁਹਾਡੀ ਸੇਵਾ ਕਰਾਂਗਾ।
ਤੇ ਭਗਤ ਨਾਮਦੇਵ ਜੀ ਸੋਚਣ ਲੱਗੇ ਵੀ ਇਹਨੂੰ ਨਾਮ ਦੀ ਮਹਿਮਾ ਦਾ ਪਤਾ ਹੀ ਉਹ ਕਹਿਣ ਲੱਗੇ ਵੀ ਸਾਨੂੰ ਵਾਹਿਗੁਰੂ ਨੇ ਨਾਮ ਨਾਮ ਦਿੱਤਾ ਸਾਨੂੰ ਲੋੜ ਹੀ ਨਹੀਂ ਕੋਈ ਇੱਛਾ ਨਹੀਂ ਸਾਡੀ ਕੋਈ ਇੱਛਾ ਨਹੀਂ ਸਾਡੀ ਕਹਿਣ ਲੱਗਾ ਨਹੀਂ ਮਹਾਰਾਜ ਵੀ ਸਾਤੋਂ ਜਿੱਥੋਂ ਮੇਰੀ ਕਮਾਈ ਸਕਦੇ ਹੋ ਵੀ ਤੁਸੀਂ ਕਿਰਪਾ ਕਰੋ ਸੰਤ ਕਹਿ ਭਗਤ ਨਾਮਦੇਵ ਜੀ ਕਹਿਣ ਲੱਗੇ ਕਿ ਇਹਨੂੰ ਨਾਮ ਦੀ ਕਮਾਈ ਇਹਨੂੰ ਨਾਮ ਦਾ ਮਹਿਮਾ ਦੱਸਣੀ ਚਾਹੀਦੀ ਉਹਨਾਂ ਨੇ ਕੀ ਕੀਤਾ ਤੁਲਸੀ ਦਾ ਪੱਤਰ ਹੁੰਦਾ ਨਾ ਉਹ ਲੈ ਕੇ ਉਹਦੇ ਉੱਤੇ ਅੱਧਾ ਅੱਖਰ ਲਿਖ ਦਿੱਤਾ ਰਾ ਰਾਮ ਪੂਰਾ ਨਹੀਂ ਲਿਖਿਆ ਅੱਧਾ ਲਿਖ ਦਿੱਤਾ ਰਾ ਕਹਿੰਦੇ ਲੈ ਜੇ ਬਹੁਤਾ ਬਹੁਤਾ ਦਾਨ ਕਰ ਰਹੇ ਨੇ ਬਹੁਤਾ ਹੀ ਚਾਹੁੰਦਾ ਹੈ ਮਗਰ ਪੈ ਗਿਆ ਸਾਡੇ ਕਹਿੰਦੇ ਇਸ ਪੱਤਰ ਦੇ ਬਰਾਬਰ ਕਹਿੰਦੇ ਸੋਨਾ ਦੇ ਤਕੜੀ ਲੈਂਦੀ ਨਾਲੇ ਪੰਡਿਤ ਹੱਸੇ ਸੇਠ ਹੱਸੇ ਕੀ ਕਹਾ ਪੱਤਰ ਹੈ ਇਹਦਾ ਸੋਨਾ ਕੀ ਚੜੂਗਾ ਕਹਿੰਦਾ ਇਹਦਾ ਕੀ ਸੋਨਾ ਚੜੂਗਾ ਕਹਿੰਦੇ ਦੇ ਦੇ ਭਾਈ ਜਦੋਂ ਤੋੜਿਆ ਜਦੋਂ ਰੱਖਿਆ ਉਹਦੇ ਵਿੱਚ ਲੱਕੜੀ ਦੇ ਵਿੱਚ ਨਿੱਕੀ ਜਿਹੀ ਦੇ ਵਿੱਚ ਲਿਆ ਕੇ ਤਾਂ ਉਹ ਪੱਤਰ ਹੈ ਜਿਹੜਾ ਉਹਦੇ ਬਰਾਬਰ ਉੱਠਦਾ ਹੀ ਨਹੀਂ ਹੈ ਸਾਰਾ ਸਕਾਂਦਾ ਸੋਨਾ ਮੁੱਕ ਗਿਆ ਉਹਦੇ ਰਿਸ਼ਤੇਦਾਰ ਸਦਲੇ ਉਹਨਾਂ ਦਾ ਮੁੱਕ ਲਿਆ ਵੱਡਾ ਤੱਕੜ ਲਿਆਂਦਾ ਰਿਸ਼ਤਾ ਜਿਹਨਾਂ ਜਿਹਨਾਂ ਉਹਦਾ ਧੰਨ ਦੌਲਤ ਸੀ ਸਾਰੀ ਉਹਦੇ ਵਿੱਚ ਪਾਤੀ ਪਰ ਉਹ ਇੱਕ ਪੱਤਰ ਨੂੰ ਨਾ ਚੱਕ ਸਕੇ ਹਾਰ ਕੇ ਸ਼ਾਹੂਕਾਰ ਹਾਰ ਗਿਆ ਅਤੇ ਕਹਿਣ ਲੱਗਿਆ ਵੀ ਮਹਾਰਾਜ ਮੈਨੂੰ ਸਮਝ ਨਹੀਂ ਆਉਂਦੀ ਹੈ ਇਹ ਕੀ ਗੱਲ ਹੈ ਕਹਿੰਦੇ ਕਿ ਕਿੰਨਾ ਹੋਰ ਪਾਤਮਾ ਕਹਿੰਦੇ ਭਾਈ ਚੱਲ ਦੇਖਣਾ ਸਵਾਲ ਕਹਿੰਦਾ ਮੈਨੂੰ ਸਮਝ ਨਹੀਂ ਕਹਿੰਦੇ ਤੈਨੂੰ ਸਮਝ ਆਉਣੀ ਵੀ ਨਹੀਂ ਹੈ ਤੈਨੂੰ ਸਮਝਾਉਣ ਖਾਤਰ ਇਹ ਗੱਲ ਦੱਸੀ ਸੀ ਇਹ ਸੱਤ ਵਸਤੂ ਹੈ ਜਿਹੜੀ ਤੂੰ ਕੌਣ ਲੱਗਿਆ ਇਹ ਅਸੱਤ ਵਸਤੂ ਹੈ ਸੱਤ ਵਸਤੂ ਦਾ ਮੁਕਾਬਲਾ ਅਸੱਤ ਕਿਵੇਂ ਕਰ ਲਈ ਕਰ ਲਵੇ ਸੱਚ ਗੌਰਾ ਹੁੰਦਾ ਤੇ ਜਿਹੜਾ ਅਸੱਤ ਹੈ ਇਹ ਹੌਲਾ ਹੁੰਦਾ ਸੱਚ ਸੱਚ ਵੀ ਚੱਕ ਹੀ ਨਹੀਂ ਸਕਦਾ ਹੈ ਤਾਂ ਅਸੀਂ ਅੱਧਾ ਨਾਂ ਲਿਖਿਆ ਜੇ ਪੂਰਾ ਲਿਖ ਦਿੱਤੇ ਤੇ ਚੱਕਣਾ ਹੀ ਨਹੀਂ ਸੀ ਉਹਨੇ ਹੱਥ ਜੋੜ ਕੇ ਖਿਆ ਮੰਗੀ ਮਹਾਰਾਜ ਤੁਸੀਂ ਮੇਰੇ ਉੱਤੇ ਕਿਰਪਾ ਕਰੋ ਮੈਨੂੰ ਸੇਵਾ ਦਾ ਦਾਨ ਮੈਨੂੰ ਸਿਮਰਨ ਦਾ ਦਾਨ ਇਹ ਨਾਮ ਜਪਣ ਦੀ ਮਹਿਮਾ ਨਾਮ ਕਿੱਡੀ ਕਿੱਡਾ ਕੁ ਬਲ ਹੈ ਇਹਦਾ ਕੋਈ ਅੰਤ ਨਹੀਂ ਜਿਹੜਾ ਵਾਹਿਗੁਰੂ ਵਾਹਿਗੁਰੂ ਵੀ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਮੂਲ ਮੰਤਰ ਦਾ ਪਾਠ ਕਰਦਾ ਹੈ ਕਿਸੇ ਸ਼ਬਦ ਦਾ ਪਾਠ ਕਰਦਾ ਹੈ ਰਾਮ ਰਾਮ ਕਰਦਾ ਆਪਣੇ ਆਪਣੇ ਧਰਮ ਦੇ ਅਨੁਸਾਰ ਕੋਈ ਵੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਨਿਤਰੇਵੀਂ ਹੋ ਕੇ ਸ਼ੌਕ ਨਾਲ ਲੱਗਿਆ ਰਹਿੰਦਾ ਇਹ ਨਾਮ ਜਪਣ ਦਾ ਫਲ ਫਿਰ ਕਹਿੰਦੇ ਦਾਨ ਦਾਨ ਦਾ ਕੀ ਫਲ ਹੈ ਕਹਿੰਦੇ ਦਾਨ ਦਾ ਵੀ ਵੱਡਾ ਫਲ ਹੈ ਤੇ ਸੰਤਾਂ ਦੇ ਉਦਾਹਰਣ ਇਤਿਹਾਸ ਦੇ ਵਿੱਚੋਂ ਦਿੱਤੀਆਂ ਕਹਿੰਦੇ ਕ੍ਰਿਸ਼ਨ ਜੀ ਨੇ ਇੱਕ ਵਾਰ ਹਿੰਦੁਸਤਾਨ ਦੇ ਵਿੱਚ ਬਹੁਤ ਮੀਂਹ ਪਿਆ ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਨੇ ਨਾ ਉਹ ਧਰਮਾਂ ਤੋਂ ਉੱਚੇ ਉੱਠ ਜਾਂਦੇ ਨੇ ਉਹ ਹਰੇਕ ਧਰਮ ਦੀ ਉਦਾਹਰਣ ਤੇ ਕਹਿੰਦੇ ਮੀਂਹ ਪਿਆ ਬਾਲਣ ਸੁੱਕ ਗਿਆ ਲੰਗਰ ਵਿੱਚ ਰੋਟੀਆਂ ਪਕਾਉਣ ਉਠਾਉਣ ਕ੍ਰਿਸ਼ਨ ਜੀ ਨੇ ਰਾਜੇ ਵਜੋਂ ਜਿਹੜਾ ਯੁਧਿਸ਼ਠਿਰ ਸੀ ਉਹ ਚੱਕਰਵਰਤੀ ਰਾਜਾ ਸੀ ਉਹਨੂੰ ਸੁਨੇਹਾ ਭੇਜਿਆ ਵੀ ਅਸੀਂ ਲੰਗਰ ਚਲਾਉਣਾ ਤੂੰ ਲੰਗਰ ਦੇ ਖਾਤਰ ਬਾਲਣ ਭੇਜਦੇ ਤੇ ਯੁਧਿਸ਼ਠਿਰ ਹੱਸ ਗਿਆ ਕਹਿੰਦਾ ਮਹਾਰਾਜ ਸਾਰੇ ਪਾਸੇ ਮੀਂਹ ਨਾਲ ਬਾਲਣ ਵੇਲਾ ਹੋਇਆ ਪਿਆ ਤੁਹਾਨੂੰ ਲੰਗਰ ਕਿੱਥੋਂ ਭੇਜਿਆ ਬਾਲਣ ਕਿੱਥੋਂ ਭੇਜਿਆ ਚੱਕਰਵਰਤੀ ਰਾਜੇ ਦਾ ਇਹ ਜਵਾਬ ਸੀ ਰਾਜਾ ਦੇ ਕੋਲ ਕਹਿੰਦਾ ਘਾਟਾ ਹੁੰਦਾ ਤੇ ਕ੍ਰਿਸ਼ਨ ਜੀ ਨੇ ਕਰਨ ਦੇ ਕੋਲ ਭੇਜਤਾ ਸੀ ਕਰਨ ਦਾਨੀ ਪੁਰਸ਼ ਗਿਣਿਆ ਗਿਆ ਹਿੰਦੁਸਤਾਨ ਵਿੱਚ ਜਿਹੜਾ ਕਰਨਾਲ ਦੇ ਵਿੱਚ ਤਲਾਬ ਬਣਿਆ ਗਿਆ ਉਹ ਕਰਨ ਦੇ ਨਾਂ ਤੇ ਬਣਿਆ ਕਰਨਾਲ ਸ਼ਹਿਰੀ ਕਹਿੰਦੇ ਕਰਨ ਦੇ ਨਾਂ ਤੇ ਬਣਿਆ ਬਹੁਤ ਵੱਡਾ ਦਾਨੀ ਪੁਰਖ ਸੀ ਇਹ ਤੇ ਸਵਾ ਮਨ ਸੋਨਾ ਰੋਜ਼ ਦਾਨ ਕਰਕੇ ਫਿਰ ਅੰਨ ਪਾਣੀ ਛੱਡਦਾ ਸੀ ਤੇ ਜਦੋਂ ਸੁਨੇਹਾ ਭੇਜਿਆ ਇਹਨੇ ਦੇਖਿਆ ਵੀ ਸਾਰਾ ਜਿਹੜਾ ਗਿੱਲਾ ਹੋਇਆ ਪਿਆ ਬਾਲਣ ਦਾ ਸਾਰਾ ਗਿੱਲਾ ਹੋਇਆ ਪਿਆ ਉਹ ਕਿੱਥੋਂ ਦਵਾਂ ਮੈਂ ਪਰ ਉਹਨੇ ਕਿਹਾ ਵੀ ਮੇਰਾ ਇਹ ਨੇਮ ਟੁੱਟ ਜੂ
ਉਹਨੇ ਕੀ ਕੀਤਾ ਆਪਣੇ ਲੋਕਾਂ ਨੂੰ ਹੁਕਮ ਕੀਤਾ ਵੀ ਜਿੰਨਾ ਮਹਿਲ ਹੈ ਨਾ ਮਹਿਲ ਦੇ ਵਿੱਚੋਂ ਜਿੰਨੇ ਕੜੀਆਂ ਬਾਲੇ ਨੇ ਉਹ ਤਾਂ ਸੁੱਤੇ ਨੇ ਨਾ, ਮਹਿਲ ਢਾ ਦਿਓ ਅਤੇ ਕੜੀਆਂ ਬਾਲੇ ਸਾਰੇ ਲਾਹ ਲਓ। ਕੜੀਆਂ ਬਾਲੇ ਲਾਹ ਕੇ ਸਾਰਾ ਲੰਗਰ ਦਾ ਸਮਾਨ ਕ੍ਰਿਸ਼ਨ ਜੀ ਨੂੰ ਦੇ ਦਾਨ ਦੀ ਮਹਿਮਾ ਦੇਖੋ ਕਿਹੜਾ ਕਿਹੜਾ ਜਿਸਦਾ ਸੁਭਾਅ ਦਾਨੀ ਹੈ ਜਿਹਦੇ ਸਥਿਤ ਵਿੱਚ ਦਇਆ ਧਰਮ ਕਮਾਉਣ ਦੀ ਅਤੇ ਸਭਾ ਦੇ ਵਿੱਚ ਬੈਠੇ ਕ੍ਰਿਸ਼ਨ ਜੀ। ਹੁਣ ਮਹਾਂਪੁਰਖ ਜਿਹੜਾ ਕਿਸੇ ਬੰਦੇ ਦਾ ਨਾਂ ਸਭਾ ਦੇ ਵਿੱਚ ਲੈ ਦੇਵੇ ਉਹਦੀ ਜੈ ਜੈਕਾਰ ਹੋ ਜਾਂਦੀ। ਸਤਪੁਰਖ ਕਰਕੇ ਗਿਣਿਆ ਜਾਂਦਾ ਸਭਾ ਦੇ ਵਿੱਚ। ਕ੍ਰਿਸ਼ਨ ਜੀ ਇੱਕ ਦਿਨ ਸਭਾ ਦੇ ਵਿੱਚ ਬੈਠੇ, ਉਹਨਾਂ ਨੇ ਕਰਮ ਦੀ ਸਿਫਤ ਕਰਤੀ ਕਿ ਕਰਮ ਬੜਾ ਵੱਡਾ ਦਾਨੀ ਹੈ। ਅਤੇ ਦੁਰਯੋਧਨ ਜਿਹੜਾ ਸੀ ਯੁਧਿਸ਼ਠਿਰ ਕੋਲ ਬੈਠਾ, ਕਹਿੰਦਾ ਮਹਾਰਾਜ ਉਹ ਅੰਗਰਾਜ ਦਾ ਇੱਕ ਨਿੱਕੇ ਜਿਹੇ ਰਾਜ ਦਾ ਰਾਜਾ, ਮੈਂ ਕਹਿੰਦਾ ਪੂਰੇ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ, ਤੁਸੀਂ ਇੱਕ ਜਿਵੇਂ ਨੌਕਰ ਦੇ ਮੂਹਰੇ ਨੌਕਰ ਦੀ ਵਡਿਆਈ ਕਰਦੇ ਹੋ, ਵੱਡੇ ਕਿਸੇ ਧਨੀ ਦੇ ਮੂਹਰੇ ਤੁਸੀਂ ਉਵੇਂ ਵਡਿਆਈ ਕਰਦੇ, ਕਹਿੰਦਾ ਇਹ ਕੀ ਗੱਲ ਹੋਈ? ਅਤੇ ਕ੍ਰਿਸ਼ਨ ਜੀ ਕਹਿਣ ਲੱਗੇ ਯੁਧਿਸ਼ਠਿਰ ਤੈਨੂੰ ਭੇਜਿਆ ਸੀ ਸੁਨੇਹਾ ਵੀ ਸਾਨੂੰ ਲੰਗਰ ਖਾਤਰ ਲੱਕੜੀਆਂ ਚਾਹੀਦੀਆਂ ਨੇ, ਲੱਕੜੀਆਂ ਕਿਉਂ ਨਹੀਂ ਭੇਜੀਆਂ? ਸਾਰਾ ਬਾਲਣ ਦਾ ਗਿੱਲਾ ਹੋਇਆ ਪਿਆ ਸੀ, ਤੁਹਾਨੂੰ ਲੱਕੜੀਆਂ ਕਿੱਥੋਂ ਭੇਜ ਦਿੱਤਾ? ਕਹਿੰਦੇ ਕਰਮੇ ਭੇਜਦੀਆਂ ਸੀ, ਉਹਨੇ ਕਿੱਥੋਂ ਭੇਜਦੀਆਂ ਸੀ? ਉਹ ਤਾਂ ਚੱਕਰਵਰਤੀ ਰਾਜਾ, ਉਹ ਇੱਕ ਸਟੇਟ ਦਾ ਰਾਜਾ ਸਨੀਕੇ ਜੇ ਦਾ ਯੁਧਿਸ਼ਠਿਰ ਤੋਂ ਕਰ ਕੇ ਇਹ ਸਾਧ ਸੰਗਤ ਦਾਨ ਇਹ ਹੈ ਦਾਨ। ਸੋ ਆਪਣੀ ਕੀਤੀ ਕਮਾਈ ਦੇ ਵਿੱਚੋਂ ਨੇਕ ਕਮਾਈ ਦੇ ਵਿੱਚੋਂ ਇਹ ਨਹੀਂ ਤੁਸੀਂ ਲੁੱਟ ਲਵੋ ਲੋਕਾਂ ਨੂੰ ਅਤੇ ਲੁੱਟ ਕੇ ਮਤ ਭਾਗੋ ਮੰਗਣ ਆ ਕੇ ਨਗਰ ਚਲਾ ਦਿਓ ਗੁਰਦੁਆਰੇ ਆਪਣੇ ਹੰਕਾਰ ਖਾਤਰ। ਆਪਣੀ ਕੀਤੀ ਨੇਕ ਕਮਾਈ ਦੇ ਵਿੱਚੋਂ ਉਹਨੂੰ ਸਫਲ ਕਰਨ ਖਾਤਰ ਜਿਹੜੀ ਦਸਾਂ ਨਾਵਾਂ ਦੀ ਕਿਰਤ ਹੈ ਉਹ ਗੁਰੂ ਦੇ ਲੰਗਰ ਦੇ ਵਿੱਚ ਪਾ ਲਓ, ਉਹ ਤੁਹਾਡੀ ਜਮ੍ਹਾਂ ਹੁੰਦੀ। ਇਹ ਵੀ ਤੁਹਾਨੂੰ ਐਸੇ ਜਨਮ ਦੇ ਵਿੱਚ ਮਿਲ ਜੂਗੇ, ਇਸੇ ਜਨਮ ਦੇ ਵਿੱਚ ਵੀ ਗੁਰੂ ਦੇ ਸਨ, ਐਸੇ ਜਨਮ ਦੇ ਵਿੱਚ ਵੀ ਮਿਲ ਸਕਦੀ, ਅਗਲੇ ਜਨਮ ਦੇ ਵਿੱਚ ਵੀ ਮਿਲ ਸਕਦੀ। ਉਹ ਉਹਨੂੰ ਪਤਾ ਉੱਚੋ ਵਾਲੇ ਮਹਾਂਪੁਰਖ ਸਨ ਜਿਹੜੇ ਸੰਤ ਬਾਬਾ ਮਹਾਹਰਨਾਥ ਸਿੰਘ ਕਹਿੰਦੇ ਨੇ ਉਹਨਾਂ ਨੂੰ, ਉਹਨਾਂ ਦੇ ਕੋਲ ਇੱਕ ਸਿੱਖ ਆਇਆ, ਉਹ ਆ ਕੇ ਕਹਿੰਦਾ ਜੀ ਤੁਸੀਂ ਕਹਿੰਦੇ ਪਾਠ ਕਰਨਾ ਚਾਹੀਦਾ, ਰੋਜ਼ ਪਾਠ ਕਰਨਾ ਚਾਹੀਦਾ, ਰੋਜ਼ ਨਿਤਨੇਮ ਕਰਨਾ ਚਾਹੀਦਾ, ਮੈਂ 1,25,000 ਪਾਠ ਜਪਜੀ ਸਾਹਿਬ ਦਾ ਕੀਤਾ। ਕਹਿੰਦੇ ਕਾਹਦੇ ਖਾਤਰ ਕੀਤਾ ਸੀ? ਕਹਿੰਦਾ ਜੀ ਮੈਂ ਇਸ ਕਰਕੇ ਕੀਤਾ ਜੀ ਮੇਰੀ ਗਰੀਬੀ ਕੱਟੀ ਜਾਵੇ। ਕਹਿੰਦੇ ਕੱਟੇ ਜੀ ਮੈਨੂੰ ਗਰੀਬੀ ਨਹੀਂ ਕੱਟਦੀ। ਅਤੇ ਮਹਾਂਪੁਰਖਾਂ ਨੇ ਅੱਖਾਂ ਬੰਦ ਕੀਤੀਆਂ, ਦੇਖਿਆ ਅਤੇ ਦੇਖ ਕੇ ਰੋਗ ਲੱਭ ਰਿਹਾ ਵੀ ਇਹਨੂੰ ਕੀ ਰੋਗ। ਕਹਿੰਦੇ ਉਹ ਘਰ ਮੇਰੇ ਕੋਲ ਬੈਠ ਕੇ ਕਰ ਬੈਠਾ ਇੱਕ ਦਿਨ ਪਾਠ 2 ਘੰਟੇ ਕੀਤਾ, ਸਵੇਰ ਨੂੰ ਹਾਥੀ ਉੱਤੇ ਉੱਤੇ ਆ ਗਿਆ। ਕਹਿੰਦੇ ਕਿਉਂ ਆ ਗਿਆ ਤੇ ਕਹਿੰਦੇ ਕਰੀ ਚੱਲ ਹੁਣ? ਕਹਿੰਦੇ ਨਹੀਂ ਜੀ ਹੋਰ ਨਹੀਂ ਕਰਨਾ। ਕਹਿੰਦੇ ਕਿਉਂ? ਮੈਨੂੰ ਪਤਾ ਲੱਗ ਗਿਆ ਜੀ। ਕਹਿੰਦੇ ਕਹਿੰਦੇ 10 ਫੇਰ ਸਾਰਿਆਂ ਨੂੰ ਹੱਥ ਜੋੜ ਕੇ ਦੱਸਿਆ, ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ, ਗੁਰੂ ਸਾਹਿਬ ਜਿੰਨਾ ਪਾਠ ਕਰਦੇ ਨੇ ਸਾਡੀ ਪਹਿਲ ਦੇ ਮੁਤਾਬਕ ਸਾਨੂੰ ਦਾਨ ਦਿੱਤੇ। ਕਹਿੰਦਾ ਮੈਨੂੰ ਮੇਰੀ ਜ਼ਿੰਦਗੀ ਦੇ ਕਰਮਾਂ ਅਨੁਸਾਰ ਮੈਨੂੰ ਹੋਣਾ ਸੀ ਕੋੜ ਅਤੇ ਮੇਰਾ ਨਾਮ ਜਪਣ ਕਰਕੇ ਮੇਰਾ ਕੋੜ ਦੂਰ ਹੋ ਗਿਆ, ਮੇਰੀ ਗਰੀਬੀ ਨਹੀਂ ਦੂਰ ਹੋਈ। ਕਹਿੰਦਾ ਮੈਂ ਸ਼ੁਕਰ ਕਰਦਾ ਮੇਰੀ ਗਰੀਬੀ ਨਹੀਂ ਦੂਰ ਹੋਈ, ਜੇ ਕਿਤੇ ਕੋੜ ਲੱਗ ਜਾਂਦਾ ਮੈਂ ਅਮੀਰ ਬਣ ਜਾਂਦਾ, ਸਾਰਾ ਪੈਸਾ ਕਰ ਕੇ ਲੈ ਜਾਂਦਾ, ਕੀ ਫਾਇਦਾ ਹੋਇਆ ਮੇਰੇ? ਕਹਿੰਦਾ ਇਸ ਇੱਛਾ ਪੂਰੀ ਕੀਤੀ। ਵਾਹਿਗੁਰੂ ਉਹ ਦਾਨ ਦਿੰਦਾ ਹੈ, ਉਹ ਇੱਛਾ ਤੁਹਾਡੀ ਪਹਿਲਾਂ ਪੂਰੀ ਕਰਦੀ ਕਰਦਾ ਹੈ ਜਿਹੜੀ ਤੁਹਾਨੂੰ ਪਹਿਲਾਂ ਲੋੜ ਹੈ। ਪਰ ਜੇ ਨਿਆਣਿਆਂ ਵਾਂਗ ਆਪਾਂ ਰੌਲਾ ਪਾਈਏ ਵੀ ਮੈਂ ਕੈਂਡੀਆਂ ਹੀ ਖਾਣੀਆਂ ਨੇ ਕੈਂਡੀਆਂ ਖਾਣੀਆਂ, ਤਾਂ ਪਿਓ ਨੂੰ ਤਾਂ ਪਤਾ ਵੀ ਜੇ ਖਾਓ ਜੀ ਸ਼ੁਕਰ ਹੋ ਜੂ, ਬਿਮਾਰ ਹੋ ਜੂ, ਮੈਨੂੰ ਡਾਕਟਰ ਕੋਲ ਹੈ ਕਿਹਨਾਂ ਕੋਲ। ਸੋ ਉਹਨੂੰ ਪਤਾ ਹੈ ਅਚਿੰਤ ਕੰਮ ਕਰੇ ਪ੍ਰਭ ਦਿਨ ਕੇ ਜਿਨ ਹਰ ਦਾ ਨਾਮ ਪਿਆਰਾ, ਜਿਹਨੂੰ ਹਰੀ ਦਾ ਨਾਮ ਪਿਆਰਾ ਹੈ, ਹਰੀ ਨੂੰ ਉਹ ਬੰਦੇ ਪਿਆਰੇ ਹਨ ਜਿਹਨਾਂ ਨੂੰ ਨਾਮ ਪਿਆਰਾ ਹੈ, ਉਹ ਸਾਰਿਆਂ ਦੇ ਕੰਮ ਕਰਦਾ। ਸੋ ਸਾਧ ਸੰਗਤ ਗੁਰੂ ਜੀ ਦਾ ਇਹ ਦਾਨ ਦਿੱਤਾ ਹੋਇਆ, ਗੁਰੂ ਨਾਨਕ ਸਾਹਿਬ ਦਾ
ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਦ੍ਰਿੜ ਕਰਵਾਇਆ ਹੈ, ਸਾਰੇ ਗੁਰੂ ਸਾਹਿਬਾਨ ਇਹ ਦ੍ਰਿੜ ਕਰਵਾਉਂਦੇ ਹਨ, ਗੁਰਮੁਖ ਨਾਮ ਨਾਮ ਨਿਸ਼ਠਾ। ਸੋ ਸ਼ਹੀਦੀ ਦੇ ਕੇ ਨਾਮ ਜਪਣਾ ਦ੍ਰਿੜ ਕਰਵਾ ਗਏ, ਸ਼ਹੀਦੀ ਦੇ ਕੇ ਇਸ਼ਨਾਨ ਦ੍ਰਿੜ ਕਰਵਾ ਗਏ, ਸ਼ਹੀਦੀ ਦੇ ਕੇ ਦਾਨ ਕਰਨਾ ਦ੍ਰਿੜ ਕਰਵਾ ਗਏ, ਸ਼ਹੀਦੀ ਦੇ ਕੇ ਤਿਆਗ ਵੈਰਾਗ ਅਤੇ ਸਿਮਰਨ ਦ੍ਰਿੜ ਕਰਵਾ ਗਏ। ਇਹ ਦਾਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਖਸ਼ ਕੇ ਅੱਗੋਂ ਉਹਨਾਂ ਦੀ ਦਇਆ ਸਦਕਾ ਕਲਗੀਧਰ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕੇ ਸਿੱਖ ਖਾਲਸਾ ਬਣਦਾ ਹੈ। ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਗਲਾ ਪ੍ਰਸੰਗ ਹੈ ਜਿਹੜਾ ਸੰਸਕਾਰ ਹੋਏ ਹਨ ਮਹਾਰਾਜ ਧਰਦੇ ਅਤੇ ਸੀਸ ਦੇ, ਅਤੇ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਗੁਰੂ ਪ੍ਰਤਾਪ ਸੂਰੀ ਦਾ, ਉਹ ਆਪਾਂ ਕਰਾਂਗੇ। ਉਹਦੀਆਂ ਭੁੱਲਾਂ ਹੋਣੀਆਂ ਕਿਵਾਂ ਆਪ ਬਦਲ ਲਾ ਕੇ ਗੁਰੂ ਚਰਨਾਂ ਸੌਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।